ਆਵੇ ਛੋਟੇ ਹਾਥੀ ਵਾਲੇ ਵੀਰ ਨੂੰ ਬੇਨਤੀ ਆ ਚੱਲ ਵੀ ਇੰਦਰਜੀਤ ਲਓ ਜਨੇਤਪੁਰੇ ਵਾਲਾ ਇੰਦਰਜੀਤ ਕਬੱਡੀ ਪਾ ਰਿਹਾ ਅੱਗੇ ਵੱਧ ਕੇ ਕਰਦਾ ਟਰਾਈ ਵਾਹ ਪੁਆਇੰਟ ਇੰਦਰਜੀਤ ਦੇ ਹਿੱਸੇ ਆ ਬੜੀ ਸੋਹਣੀ ਕਬੱਡੀ ਆ ਇਸ ਨੌਜਵਾਨ ਦੀ ਹਾਂਜੀ ਚੱਲ ਫੌਜੀਆ ਪਾ ਫਿਰ ਕਬੱਡੀ ਕਿ ਗੱਭਰੂ ਦੁੱਧ ਪੀਣ ਨੂੰ ਤਰਸੇ ਘਰ ਵਿੱਚ ਮੱਝਾਂ ਬੰਨੀਆਂ ਚਾਲੀ ਤੁਬਕਾ ਤੁਬਕਾ ਲੈ ਜਾਂਦੀ ਦੁੱਧ ਦਾ ਗੱਡੀ ਵੇਰਕਾ ਵਾਲੀ ਭਾਲਦਾ ਟੂਰ ਕੈਨੇਡਾ ਦੇ ਬਗਾਨੇ ਟੱਪਣ ਨਾ ਦੇਣ ਮੋਹਾਲੀ ਘਰ ਖਵਾਉਣਾ ਪੈਂਦਾ ਏ ਕੌਡੀ ਖੇਡਣੀ ਨਹੀਂ ਸਿਖਾਲੀ ਘਰ ਖਵਾਉਣਾ ਪੈਂਦਾ ਏ ਕੌਡੀ ਖੇਡਣੀ ਨਹੀਂ ਸਿਖਾਲੀ ਚੱਲ ਵੀ ਇੰਦਰਜੀਤ ਸਿਆ ਆਉਣ ਵਾਲਾ ਸਮਾਂ ਤੇਰਾ ਸਿਰਾ ਤੈਨੂੰ ਵੀ ਕਾਰਾਂ ਦਾ ਮਾਨ ਸਨਮਾਨ ਹੋਣਿਆ ਕਿਤੇ ਵੋਲਟਾ ਨਾ ਮਾਨ ਸਨਮਾਨ ਕਿਤੇ ਬੱਲੂ ਮਹੇੜੀ ਵਾਲੇ ਦਾ ਟਰਾਲੇ ਨਾਲ ਮਾਨ ਸਨਮਾਨ ਕੀਤਾ ਗਿਆ ਮੇਰੇ ਵੀਰੋ ਕੈਲੀਫੋਰਨੀਆ ਦੇ ਵਿੱਚ ਪਹਿਲਾ ਖਿਡਾਰੀ ਆ ਪੰਜਾਬ ਦਾ ਜਿਹਦਾ ਟਰਾਲੇ ਨਾਲ ਮਾਨ ਸਨਮਾਨ ਕੀਤਾ ਗਿਆ ਬੱਲੀ ਮਹੇੜੂ ਦੀ ਧਰਤੀ ਦਾ ਬੜਾ ਟੌਪ ਦਾ ਰੇਡਰ ਆ ਚੱਲ ਵੀ ਇੰਦਰਜੀਤ ਸਿਆ ਵਾਹ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਆ ਸਫਲਤਾ ਇੰਦਰਜੀਤ ਦੇ ਕਦਮ ਚੁੰਮਦੀ ਆ ਰੈਫਰੀ ਦਾ ਫੈਸਲਾ ਟਲ ਹੈ ਜੀ ਕੋਈ ਵੀ ਖਿਡਾਰੀ ਰੈਫਰੀ ਵੀਰ ਨਾਲ ਵਕਾਲਤ ਨਾ ਕਰੇ ਹੱਥ ਬੰਨ ਕੇ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਕਿ ਕੋਈ ਵੀ ਖਿਡਾਰੀ ਵਕਾਲਤ ਨਾ ਕਰੇ ਲਓ ਮੁਕਾਬਲਾ ਸਮਾਪਤ ਹੈ ਅਗਲਾ ਮੁਕਾਬਲਾ ਕਿਸ਼ਨਪੁਰਾ ਏ ਵਰਸੇ ਕਿਸ਼ਨਪੁਰਾ ਵੀ ਦਰਮਿਆਨ ਖੇਡਿਆ ਜਾਣਾ ਦੋਨੇ ਹੀ ਟੀਮਾਂ ਜਲਦੀ ਦੇ ਨਾਲ ਸੈਂਟਰ ਲਾਈਨ ਤੇ ਪੁੱਜ ਜਾਣ ਨੋਟ ਕਰ ਲਿਓ ਜੀ ਜਨੇਤਪੁਰਾ ਜਿੱਤ ਗਈ ਹੈ ਜੀ ਜਨੇਤਪੁਰਾ 15.5 ਲੀਲਾ ਮੇਘ ਸਿੰਘ ਦੇ 10 ਪੁਆਇੰਟ ਨੇ ਜੀ ਨੋਟ ਕਰ ਲਿਓ ਜੀ ਜਨੇਤਪੁਰਾ ਜਿੱਤ ਗਈ ਹੈ ਇਸ ਮੁਕਾਬਲੇ ਚੋਂ ਲਓ ਅਗਲਾ ਮੁਕਾਬਲਾ ਕਿਸ਼ਨਪੁਰਾ ਏ ਵਰਸੇ ਕਿਸ਼ਨਪੁਰਾ ਵੀ ਦਰਮਿਆਨ ਖੇਡਿਆ ਜਾਣਾ ਹਾਂਜੀ ਕਿਸ਼ਨਪੁਰਾ ਏ ਸਕੂਲ ਵਾਲੀ ਸਾਈਡ ਆ ਕਿਸ਼ਨਪੁਰਾ ਬੀ ਪਿੰਡ ਵਾਲੀ ਸਾਈਡ ਖੇਡਣੀ ਆ ਲਓ ਆਓ ਵੀ ਰੇਡਰ ਸੈਂਟਰ ਲੈਣ ਤੇ ਵੀਰ ਲਓ ਕਿਸ਼ਨਪੁਰਾ ਬੀ ਵੱਲੋਂ ਤਾਰਾ ਕਬੱਡੀ ਪਾਊਗਾ ਕਿਸ਼ਨਪੁਰਾ ਵੀ ਟੀਮ ਦਾ ਰੇਡਰ ਤਾਰਾ ਹਾਂਜੀ ਲਓ ਕਿਸ਼ਨ ਟੇਕਿਆ ਧਰਤੀ ਮਨ ਮੱਥਾ ਅੱਗੇ ਵਧਿਆ ਕਿਸ਼ਨ ਕਿਸ਼ਨਪੁਰੇ ਵਾਲਾ ਇਹ ਟੀਮ ਦਾ ਟੌਪ ਦਾ ਖਿਡਾਰੀ ਆ ਲਓ ਉਧਰ ਗੁੱਟ ਫੜਿਆ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਆ ਲਓ ਪੁਆਇੰਟ ਕਿਸ਼ਨ ਦੇ ਹਿੱਸੇ ਆ ਕਿਸ਼ਨਪੁਰੇ ਵਾਲਾ ਲਓ ਕਿਸ਼ਨਪੁਰੇ ਵਾਲਾ ਕਿਸ਼ਨ ਚੱਲ ਬਈ ਨੌਜਵਾਨਾ ਪਾ ਅਗਲੀ ਕਬੱਡੀ ਲਓ ਤਾਰਾ ਉੱਚਾ ਲੰਮਾ ਕਰਦਾ ਨੌਜਵਾਨ ਦਾ ਤਾਰਾ ਅੱਗੇ ਵੱਧ ਕੇ ਕਰਦਾ ਟੱਚ ਕਰਨ ਦੀ ਕੋਸ਼ਿਸ਼ ਲਓ ਮੁਕਾਬਲਾ ਸਖਤ ਹੋ ਚੁੱਕਿਆ ਲਓ ਤਾਰਾ ਕਿਸ਼ਨਪੁਰੇ ਵਾਲਾ ਲਓ ਪੁਆਇੰਟ ਤਾਰੇ ਦੇ ਹਿੱਸੇ ਆ ਪੁਆਇੰਟ ਕਿਸ਼ਨਪੁਰਾ ਵੀ ਦੇ ਹਿੱਸੇ ਆ ਸਾਡਾ ਸਤਿਕਾਰਯੋਗ ਵੀਰ ਦੇਵ ਦਿਆਲਪੁਰੇ ਵਾਲਾ ਬੜਾ ਟੌਪ ਦਾ ਅੰਪੇਅਰ ਆ ਸਾਡੀ ਅੱਜ ਦੀ ਸਨਮਾਨਯੋਗ ਸ਼ਖਸੀਅਤ ਆ ਬਾਈ ਦੇਵ ਦਿਆਲਪੁਰੇ ਵਾਲਾ ਵਰਲਡ ਕੱਪ ਦੇ ਵਿੱਚ ਵੀ ਅੰਪੇਅਰੀ ਕੀਤੀ ਆ ਇਸ ਵੀਰ ਦਾ ਧੰਨਵਾਦ ਹੈ
जी एन वेलकम आखते हैं सन्मान योग शख्सियत है साड़ी देववीर दयालपुरे तो लो पॉइंट किशन पूरा भी दे लो चंद कबड्डी पारिया किशन पूरे भीर दी टीम का प्लेयर चंद अगे बढ़ के करदा ट्राई लो हठूर वाले निर्भय वर्गा रंग है इस नौजवान का बहुत ही सोहना प्रदर्शन है लो चंद किशन पूरे वाला पॉइंट अपनी टीम के हिस्से जोड़ गया चल वे कृष्ण पा फिर कबड्डी सेरा लग जू पता कौन तेन डकन की करेगा कोशिश कठिया मेहनत की लो लो आ एक दूजे के विरोधी होके भिड़ते ने लो किशन मारदा होया डाजा पर लक फड़िया जवान ने लो कबड्डी ओपन वाले वीर बेनती की जाती है जिन्या भी टीम ओपन वाली पहुंची अपने अपने एंट्री फीसा दे दो दसा मिनटा ची टाइया पा देनिया रामे फिर ओपन वाले बोल दिया गिरी हां जी कबड्डी ओपन के खिलाड़ियों बेनती है कि जल्दी दे नाल आपो अपनी टीम एंटर करवा लो भी ताकि आप समय सिर मैच स्टार्ट कर सकीए कबड्डी एक पिंड ओपन दियाँ जिन्हिया भी टीम पुजिया ने जल्दी दे नाल आपो अपनी टीम एंटर करवा लो ताकि आप समय सिर खेड मुकाबला शुरू करवा सकीए चल बई नौजवान पा लो जगह कबड्डी पा रहा किसी ने पूरे ए टीम का खिलाड़ी है जगह लो बहुत ही सोहनी की है ट्राई नौजवान ने लो पॉइंट जाफिया के हिस्से आ किशन पूरा भी टीम के हिस्से जा जुड़िया चल बई तारे पा फिर कबड्डी सिरा लो अगे बढ़ के कौन करेगा ट्राई वीरबाल ट्राई करेगा या फिर कोई होर खिलाड़ी लो वीरबाल दे रहा मुकाबला लो बड़ा सोहना खिलाड़ी है वीरबाल किंग जाफी है मां खेड कबड्डी का नहीं पर पॉइंट कहते तारे के हिस्से आ तारे उन्हीं घर के भेती ने चल वे कृष्ण पा कबड्डी सेरा लो किशन पूरा ए टीम का रुस्तम धावी किशन कबड्डी पा रहा लो पॉइंट का सख्त मुकाबला जारी है चल वे कृष्ण ला अज कहते सिंह का वो नाथ वांगू जोश चढ़िया कृष्ण नू लो पा क्या बातें ने बगड़ा भरिया ने नौजवान ने कृष्ण सिंह चीन का बार्डर बन गया जापी तेरे लिए बड़ा सख्त मुकाबला वाह क्या बात ने पॉइंट जापी दे हिस्से आ वाह सेरा लो मंडिया के गोपी वांगू कहिंदा हंदियां दे आके मनाया नौजवान ने चल बई चंद पा फिर कबड्डी लो किशन पूरे वी टीम का खिलाड़ी चंद कबड्डी पा रहा बड़ा रौचक मुकाबला खेडिया जा रहा लो वीरबल ने की ट्राई पर पॉइंट चंद के हिस्से आ चंद किशन पूरे वी टीम का खिलाड़ी पॉइंट अपनी टीम के हिस्से जुड़ गया चल बई जगिया लो जगह नाम है कहिंदे इस खिडारी का एक जगह जनेतपुरे की धरती का मां खेड कबड्डी का रोस्तम धावी कनेडा का वसनीक बन चुकिया कनेडा दे विच जा वसिया स्वर्गवासी बापू नार सिंह जी उन्हां दा पोतरा मेरे वीरो जनेतपुरे वाला जगह अज कनेडा का वसनीक बन चुकिया कबड्डी 365.com के जरिए लाइव नज़ारा तक रहा इस कबड्डी के महाकुंभ का क्योंकि स्वर्गवासी बापू नार सिंह जी ने सरदारी कायम की अज पूरा परिवार आनंद ले रहा बापू नार सिंह की सरदारी बरकरार है मेरे वीरियो सरदार विचित्र सिंह जी चिता इस इलाके का माण ने सरदार सुखविंदर सिंह जी सिंधा वीर इस इलाके का सिरगढ़ इंसान ने बड़ा नाम है इलाके दे विच जनेतपुरे वाले चिते का लो कौन करदा के बाद के ट्राई लो कोरे ने की है ट्राई पट फड़िया नौजवान ने नहीं पर पॉइंट कहते जाफी का चल बई गोरे लो तारा कबड्डी पा रहा गोरा चिट्टा रंग है नौजवान का लो कौन वीरबाल करूगा ट्राई या फिर कोई होर जाफी हौसले ना लगूगा लो क्या बात ने देव दयालपुरे वाले का फैसला कहिंदा पॉइंट तारे दे हिस्से आ पॉइंट तारे दा वीरबल सिंह देव वीर हुनी बड़े सुलझे हुए इंसान ने
जिंदगी दे च वड्डा फकर महसूस हो रहा अज इन्हां दे दर्शन करके भाई देव दयालपुरे वाले दे चल भाई जगिया पा कबड्डी वाह नौजवान ने बहुत सोहनी ट्राई की थोड़ा जिहा काम जगिया गलत कर लिया लो पॉइंट जाफियां दे हिस्से आ किसन पूरा 20 दे हिस्से कबड्डी एक पिंड ओपन विच दो खिडारी बाहरों खेड सकदे आ भाई कबड्डी दीआं टीमां नोट कर लैण दो खिडारी बाहरों खेड सकदे तीजा खिडारी खेडूगा टीम कट्टी जाऊगी हां जी कबड्डी एक पिंड ओपन दे सारे खिडारी वीर नोट कर लो भी आपां रंग दे विच भंग नहीं पाउणी क्योंकि आपां डिसिप्लिन बनाउणा इस टूरनामेंट का ताकि पूरी दुनिया नूं पता लग सके कि स्वर्गवासी बापू नार सिंह जी होरां दी याद नूं कबड्डी का महाकुंभ ने इतिहास सरजिया आपां ने इतिहास सरजना किसी भी खिडारी ने कोई पक्षपात नहीं किया जाना सारे ही खिडारी डिसिप्लिन दे विच खेडणगे एक पिंड दे विच दो खिडारी बाहरले खेडणगे भावें उह साडे किन्ने भी क्लोज होण पर जिहड़े अज साडे कोल खिडारी खेडण पुज्जे ने सारिआं दा वैलकम करदे आं धन्नवाद आ जिहड़े मां खेड कबड्डी दे खिडारी साडे कोल अज खेडण दे लई पुज्जे ने सारिआं नूं जी आइआं नूं वैलकम आखदे आं हां जी लो जिंदर कबड्डी पा रिहा एक जिंदर खानोवाल दी धरती दा रुस्तम जाफी मां खेड कबड्डी दा जफियां दा जहाज दे नाम नाल जाणे जांदा एक आ जिंदर किशनपुरे 20 दे लई खेडण वाला लो अगे वध के कीती है नौजवान ने ट्राई बिट्टू दुगाल वांगू मारी है कैंची चल बई जिंदर सिंह लग जू पता लो पॉइंट जाफी दे हिस्से आ किशनपुरे दी ए टीम दे हिस्से जा जुड़ गया इन्हां सारे ही वीरां दा धन्नवाद आ जिन्हां दे वड्डा सहयोग आ इस कबड्डी दे महाकुंभ दे लई सरदार बचित्तर सिंह चिट्टे वीर दा समूह जौल परिवार दा NRI भरावां दा तह दिलों धन्नवाद आ जिन्हां ने स्वर्गवासी बापू नार सिंह जी होरां अर्गी शख्सियत नूं अज याद करदे आ कबड्डी दा महाकुंभ करवाया चल बई तारिया लो कहिंदे लास्ट कबड्डी पैण जा रही आ चल बई तारे लै भी वीरबल सिंह तेरे दो हथ देखणे आ तारे दे नाल लो कौन करदा अगे वध के ट्राई तारे मुकाबला सख्त हो चुके आ लो वाह क्या बातां ने पॉइंट कहिंदे जाफी दे हिस्से आ तारा डक्किया जा चुके आ चल बई कृष्ण पा फिर कबड्डी लो कृष्ण कबड्डी पा रहा पूरा टॉप का खिडारी है किशनपुरे ए टीम का कृष्ण ने अगे वध के खिलाड़ियों ने बाहां कौन करूगा ट्राई जाफियां दी जाफ लाइन विचों लो पॉइंट जाफ लाइन दे हिस्से आ पॉइंट जाफी का हाँ जी किशनपुरा भी जेतू है जी नोट कर लियो किशनपुरा भी जित गई आ नोट कर लियो जी किशनपुरा भी हाँ जी सरदार साधु सिंह बराड़ होर अज विशेष तौर पर सन्मान किया जाना मां खेड कबड्डी का धुरा मने जाते ने कोच सरदार साधु सिंह जी बराड़ जिन्होंने अनेक खिडारियों कनेडा खेडने लिए वड्डा सहयोग दिता कोई अमेरिका खेडिया कोई इंग्लैंड खेडिया इन्हों के तरासे हुए हीरे मेरे वीरे पूरी दुनिया में पैड़ा करने की समर्था रखते हैं एक आ साडा वीर काका आकाशदीप जगराओं तो रहने वाला मेरे वीरो नाम रात बीमारी का शिकार हो चुके इहदा इलाज दे लई आपां जिन्ना भी हो सके वध तो वध इहदी सहायता करनी है गेड़ा लगाऊगा इस वीर का आपां वध तो वध माण करना ये नौजवान कहिंदे जी बोल नहीं सकता बड़ी छोटी उम्र आ चार ऑपरेशन हो चुके ने हजे एक होर होना इस दे लई जरूरत आ इस लोड़वंद की आपां मदद करनी है वध तो वध जिन्ना भी हो सके आपां वध तो वध सहयोग देना इस वीर नूं सरदार सुखचैन सिंह जी चैना कोच साहब मेरे वीरे कबड्डी दे
ਬੜੇ ਟਾਪ ਦੇ ਕੋਚ ਨੇ ਸੁਖਚੈਨ ਸਿੰਘ ਜੀ ਚੈਨਾ, ਜਿਨ੍ਹਾਂ ਨੇ ਅਨੇਕਾਂ ਖਿਡਾਰੀ ਜਗਰਾਓਂ ਏਰੀਏ ਦੇ ਪੈਦਾ ਕੀਤੇ ਨੇ, ਉਹਨਾਂ ਨੇ ਵੀ ਅੱਜ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨੀ ਆ ਇਸ ਕਬੱਡੀ ਦੇ ਮਹਾਂਕੁੰਭ ਦੇ ਵਿੱਚ। ਸਰਦਾਰ ਸੁਖਚੈਨ ਸਿੰਘ ਜੀ ਚੈਨੇ ਉਹਨਾਂ ਨੇ, ਉਹਨਾਂ ਦਾ ਵੀ ਧੰਨਵਾਦ ਆ, ਸਨਮਾਨਯੋਗ ਸ਼ਖਸੀਅਤ ਨੇ ਮਾਂ ਖੇਡ ਕਬੱਡੀ ਦੀ, ਜਿਨ੍ਹਾਂ ਕੋਲ ਕੌਂਕਿਆਂ ਵਾਲੇ ਜੱਗੇ ਵਰਗੀਆਂ ਨੇ, ਬੜਾ ਤਕੜਾ ਪ੍ਰਦਰਸ਼ਨ ਕੀਤਾ ਇਹਨਾਂ ਦੇ ਅੰਡਰ ਖੇਡ ਕੇ। ਹਾਂਜੀ, ਅਗਲਾ ਮੁਕਾਬਲਾ ਬੋਲਦੇ ਜੀ, ਹੈਲੋ। ਉਹ ਸੁੱਖਾ ਕਿੱਥੇ ਆ ਮੇਰਾ ਵੀਰ, ਸੁੱਖਾ ਕਿੱਥੇ ਆ? ਕਬੱਡੀ ਇੱਕ ਪਿੰਡ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ, ਜਲਦੀ ਦੇ ਨਾਲ ਆਪੋ ਆਪਣੀਆਂ ਟੀਮਾਂ ਐਂਟਰ ਕਰਵਾ ਲਿਓ। ਜਿੰਨੀਆਂ ਵੀ ਮਾਂ ਖੇਡ ਕਬੱਡੀ ਇੱਕ ਪਿੰਡ ਓਪਨ ਦੀਆਂ ਟੀਮਾਂ ਪੁੱਜੀਆਂ ਨੇ, ਸਾਰੇ ਹੀ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਜਲਦੀ ਦੇ ਨਾਲ ਆਪੋ ਆਪਣੀ ਟੀਮ ਐਂਟਰ ਕਰਵਾ ਲਓ ਜੀ। ਕਬੱਡੀ ਇੱਕ ਪਿੰਡ ਓਪਨ ਦੀਆਂ 16 ਟੀਮਾਂ ਦੀਆਂ ਟਾਈਆਂ ਪੈਣ ਲੱਗੀਆਂ ਮੇਰਾ ਵੀਰ। ਗੋਗਾ ਮਾੜੀ, ਕਪੂਰੇ, ਤਲਵੰਡੀ ਭਾਈ, ਚੰਦਵਾਜਾ, ਰਾਮਾ, ਬਾਘਾ ਪੁਰਾਣਾ, ਤਲਵੰਡੀ, ਜੰਡੀ, ਬੁਰਜ ਹਰੀ ਸਿੰਘ, ਮੀਨੀਆਂ, ਮਹਿਲ ਕਲਾਂ, ਪੁਰਾਣੇ ਵਾਲ, ਬਰੇ, ਤਲਵੰਡੀ ਮੱਲੀਆਂ, ਗਿੱਦੜਪਿੰਡੀ ਏ, ਗਿੱਦੜਪਿੰਡੀ ਬੀ ਅਤੇ ਡਰੋਲੀ ਭਾਈ। ਇਹ 16 ਟੀਮਾਂ ਦੀਆਂ ਟਾਈਆਂ ਪੈਣ ਲੱਗੀਆਂ ਮੇਰਾ ਵੀ, ਟਰਾਲੀ ਕੋਲ ਆ ਕੇ ਟਾਈਆਂ ਦੇਖ ਸਕਦੇ ਨੇ। ਹਾਂਜੀ, ਕਬੱਡੀ ਇੱਕ ਪਿੰਡ ਓਪਨ ਦੀਆਂ 16 ਟੀਮਾਂ ਦੀਆਂ ਟਾਈਆਂ ਪਾਉਣ ਲੱਗੇ ਹਾਂ, ਜੇਕਰ ਕੋਈ ਟੀਮ ਬਾਕੀ ਹੈ ਤਾਂ ਜਲਦੀ ਦੇ ਨਾਲ ਐਂਟਰ ਕਰਵਾ ਲਓ। ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲੇ ਸ਼ੁਰੂ ਹੋਣ ਦੇ ਵਿੱਚ ਚੰਦ ਮਿੰਟ ਬਾਕੀ ਨੇ, ਜਿਹੜਾ ਵੀ ਕੋਈ ਖਿਡਾਰੀ ਵੀਰ ਆਪਣੀ ਟੀਮ ਐਂਟਰ ਕਰਵਾਉਣੀ ਚਾਹੁੰਦਾ ਉਹ ਜਲਦੀ ਦੇ ਨਾਲ ਟੀਮ ਆਪਣੀ ਐਂਟਰ ਕਰਵਾ ਲਵੇ। ਕਬੱਡੀ ਇੱਕ ਪਿੰਡ ਓਪਨ। ਧੰਨਵਾਦੀਆਂ ਜਗਦੇਵ ਸਿੰਘ ਜੱਗੇ ਵੀਰ ਉਹਨਾਂ ਦਾ, ਬੱਸੀਆਂ ਵਾਲਿਆਂ ਦਾ, ਜਿਹਨਾਂ ਦਾ ਵੱਡਾ ਸਹਿਯੋਗ ਹੈ ਇਸ ਕਬੱਡੀ ਦੇ ਮਹਾਂਕੁੰਭ ਦੇ ਲਈ। ਬਾਈ ਰਾਜ ਸਿੰਘ ਜੀ ਬੌਂਦਲ ਵਾਲੇ ਤੋਂ, ਕਾਕਾ ਜੈਲ ਦਾ ਸਰਪੰਚ ਸਾਹਿਬ ਜੀ ਕਿਸ਼ਨਪੁਰੇ ਤੋਂ, ਬਹਾਦਰ ਸਿੰਘ ਜੀ ਮੈਂਬਰ ਬਲਾਕ ਸਮਿਤੀ, ਰਾਜੂ ਗੁਹਾਰ ਤੋਂ, ਹਰਜੀਤ ਸਿੰਘ ਸਰਪੰਚ ਸਾਹਿਬ, ਸਰਦਾਰ ਸਰਜੀਤ ਸਿੰਘ ਜੀ ਸਾਬਕਾ ਸਰਪੰਚ ਸਾਹਿਬ, ਰਾਜੂ ਚੀਮਨਾ, ਮਨਜੀਤ ਸਿੰਘ ਡੈਨੀ ਬਰਸਾਲਾ ਤੋਂ, ਹੈਪੀ ਮੰਡ ਕਿਸ਼ਨਪੁਰਾ, ਕਰਨੈਲ ਸਿੰਘ ਸਰਪੰਚ ਸਾਹਿਬ ਜਨੇਤਪੁਰੇ ਤੋਂ, ਸਰਦਾਰ ਬਚਿੱਤਰ ਸਿੰਘ ਜੀ ਜਿੱਤਾ ਪ੍ਰਧਾਨ ਸਾਹਿਬ ਨੇ ਕਲੱਬ ਦੇ, ਸਰਦਾਰ ਨਾਰ ਸਿੰਘ ਜੀ ਸਾਬਕਾ ਸਰਪੰਚ ਹੋਰਾਂ ਦੇ ਲਾਡਲੇ ਫਰਜੰਗ ਨੇ ਮੇਰੇ ਵੀਰੋ, ਸਰਦਾਰ ਬਚਿੱਤਰ ਸਿੰਘ ਜੀ ਜਿੱਤਾ, ਸਰਦਾਰ ਦਵਿੰਦਰ ਸਿੰਘ ਜੀ ਸਿੰਧਾ, ਸਰਦਾਰ ਕੁੰਡਾ ਸਿੰਘ ਜੀ ਬ੍ਰਦਰ ਨੇ ਸਵਰਗਵਾਸੀ ਬਾਪੂ ਨਾਰ ਸਿੰਘ ਜੌਲ ਹੋਰਾਂ ਦੇ, ਵੱਡਾ ਮਾਣ ਹੈ ਕੁੰਡਾ ਸਿੰਘ ਹੋਰਾਂ ਦੇ, ਉਹਨਾਂ ਦੇ ਲਾਡਲੇ ਫਰਜੰਗ ਸਰਦਾਰ ਜਗਸੀਰ ਸਿੰਘ ਜੀ ਕੈਨੇਡਾ ਤੋਂ, ਅਮਰ ਸਿੰਘ ਕੈਨੇਡਾ, ਇਹ ਸਨਮਾਨਯੋਗ ਸ਼ਖਸੀਅਤਾਂ ਨੇ ਸਾਡੀ ਅੱਜ ਦੀਆਂ, ਅਮਰੀਕ ਸਿੰਘ ਜੀ ਜੰਡੀ,
इन्हों का भी धन्यवाद है। लो जी टाइया कढ़न लगे हैं, जिहड़ियां टीमां एंटर हुई उन्हों का एक एक खिडारी स्टेज पर पहुंच जाए, ट्राली वाली स्टेज के पुज जाए। जिहड़ियां टीमां एक पिंड ओपन एंटर हुई ने, एक पिंड ओपन दियां जिन्हां भी टीमां एंटर हुई ने जल्दी दे नाल खेड मैदान दे विच प्रवेश कर जाण ताकि आपां टाइया कढ दईए। हाँ जी, कबड्डी एक पिंड ओपन वाले लाट सदा भीरे, जेकर कोई टीम एंटर होना चाहती है तो जल्दी दे नाल आपो अपनी टीम एंटर करवा लो। कबड्डी एक पिंड ओपन वाले, हाँ जी, 16 टीमों दी टाइया कढ़ लगे हैं जी, कढ़ दिओ जी टाइया कहिंदे। हाँ जी, पहला मुकाबला डरौली भाई बरसक पूरे, ये टीम जल्दी दे नाल तैयार होकर खेड मैदान दे विच पहुंच जाण। डरौली भाई बरसक पूरे, हाँ जी, डरौली भाई बरसक पूरे, दोनों टीम जल्दी दे नाल वार्मअप होकर ग्राउंड दे विच पहुंच जाण। हाँ जी, डरौली भाई बरसक पूरे, ये टीम जल्दी दे नाल तैयार होके खेड मैदान दे विच पुज जाण। डरौली भाई बरसक पूरे, बड़ा सख्त मुकाबला खेडिया जाना दोनों ही टीमों दरम्यान। जेकर होर भी कोई टीम रही एंटर होनो तो जल्दी दे नाल टीम एंटर करवा लो भीरे। हाँ जी, कबड्डी एक पिंड ओपन की जेकर कोई टीम एंटर रही है तो जल्दी दे नाल अपनी टीम एंटर करवा लो भीरे। क्लब का फैसला भी जो एक बार मैच स्टार्ट हो गए फिर कोई भी टीम एंटर नहीं की जानी। हाथ बन के बेनती है खिडारी वीरां नूं कि जल्दी दे नाल आपो अपनी टीम एंटर करवा लो। डरौली भाई वर्षक पूरे दरम्यान बड़ा सख्त मुकाबला खेडिया जाना, ये टीम बिना किसी देरी तो जल्दी देना खेड मैदान दे विच पुज जाण। डरौली भाई वर्षक पूरे, हाँ जी, कपूरे वर्ष डरौली भाई, बड़ा सख्त मुकाबला खेडिया जाना दोनों ही टीमों दरम्यान। लो हिंदा मालक की धरती का मेरे वीरियो महमूदपुरे के कबड्डी कप का बैठ जाफी, वह भी साडा वीर साडे विच पुज गया। इस वीर का भी धन्यवाद है इतने पुजन से, जी एन वेलकम आखते हैं हिंदे मालक वाले नूं। सेरा राहूवाल की धरती का महमूदपुरे का बैठ ट्रेडर है मेरे वीरियो, बड़ा तकड़ा प्रदर्शन किया इन्होंने नौजवानों ने। अज जनेतपुरे के खेडन दे लई पुजे हुए हैं
ਹਿੰਦਾ ਮਾਲਕ ਵਾਲਾ ਸਾਡੀ ਬੜੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ। ਇਸ ਵੀਰ ਦਾ ਵੀ ਧੰਨਵਾਦ ਹੈ ਹਿੰਦੇ ਮਾਲਕ ਵਾਲੇ ਦਾ। ਹਾਂਜੀ ਇੱਕ ਪੂਰੇ ਵਰਸੇ ਡਰੌਲੀ ਭਾਈ ਲਾਸਟ ਮਿੰਟਾਂ ਵੀਰੇ ਤੁਹਾਡੇ ਕੋਲੇ ਦੋਨੇ ਹੀ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਡਰੌਲੀ ਭਾਈ ਵਰਸੇ ਕਪੂਰੇ ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਸਵਰਗ ਵਾਸੀ ਬਾਪੂ ਨਾਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਕਬੱਡੀ ਦੇ ਮਹਾਂਕੁੰਭ ਦਾ ਪਹਿਲਾ ਮੁਕਾਬਲਾ ਕਪੂਰੇ ਵਰਸੇ ਡਰੌਲੀ ਭਾਈ ਦਰਮਿਆਨ ਖੇਡਿਆ ਜਾਣਾ। ਸਰਦਾਰ ਰਵਨੀਤ ਸਿੰਘ ਜੀ ਵਿੱਟੂ ਕੋਟਲੀ ਪਰਿਵਾਰ ਦੇ ਲਾਡਲੇ ਫਰਜੰਗ ਉਹ ਵੀ ਅੱਜ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜ ਰਹੇ ਨੇ। ਸਾਬਕਾ ਮੰਤਰੀ ਸਰਦਾਰ ਦਰਸ਼ਨ ਸਿੰਘ ਜੀ ਬਰਾੜ, ਕਮਲਜੀਤ ਸਿੰਘ ਜੀ ਬਰਾੜ, ਪਚਿੱਤਰ ਸਿੰਘ ਚਿੱਤੇ ਹੋਰਾਂ ਦੇ ਨਿੱਘੇ ਸੱਦੇ ਦੇ ਪੁੱਜਣੇ ਨੇ। ਇਹਨਾਂ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਦਾ ਧੰਨਵਾਦ ਹੈ। ਹਾਂਜੀ ਕਪੂਰਿਆਂ ਦੀ ਟੀਮ ਪੁੱਜ ਗਈ ਹੈ, ਨੋਟ ਕਰ ਲਿਓ। ਡਰੌਲੀ ਭਾਈ ਵਾਲਿਆਂ ਨੂੰ ਲਾਸਟ ਸੱਦਿਆ ਵੀਰੇ। ਰਾਜੂ ਮਾੜਾ ਗਰਾਊਂਡ 'ਚ ਪਾਣੀ ਦਾ ਸਿੱਟਾ ਵੱਜ ਜੇ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ। ਲਓ ਬੁਰਜ ਹਰੀ ਦੀ ਟੀਮ ਦਾ ਸੰਗਾਰ ਸਰਪੰਚ ਪੁੱਜਿਆ ਹੋਇਆ, ਬੁਰਜ ਹਰੀ ਵਾਲਾ ਸਰਪੰਚ ਅੱਜ ਵਿਸ਼ੇਸ਼ ਤੌਰ 'ਤੇ ਟੀਮ ਲੈ ਕੇ ਪੁੱਜਿਆ। ਕਹਿੰਦੇ ਬੁਰਜ ਹਰੀ ਦੀ ਟੀਮ ਨੇ ਪੂਰੇ ਪੰਜਾਬ ਦੇ ਵਿੱਚ ਧੁੰਮ ਪਾਈ ਆ, ਪੂਰਾ ਸੀਜ਼ਨ ਮੇਲੇ ਲੁੱਟੇ ਨੇ ਬੁਰਜ ਹਰੀ ਨੇ। ਅੱਜ ਸਰਪੰਚ ਕਹਿੰਦਾ ਜਨੇਤਪੁਰੇ ਦੇ ਕਬੱਡੀ ਕੱਪ ਤੇ ਜੱਗੇ ਕੈਨੇਡੀਅਨ ਹੋਰਾਂ ਦੇ ਨਿੱਘੇ ਸੱਦੇ ਤੇ ਪੁੱਜਿਆ ਹੋਇਆ ਬੁਰਜ ਹਰੀ ਵਾਲਾ ਸਰਪੰਚ। ਟਰੈਕਟਰ ਵਾਲੇ ਵੀਰ ਨੂੰ ਬੇਨਤੀ ਆ, ਰਾਜੂ ਚੱਕਰ ਲਵਾ ਦੇ, ਹੁਣ ਫਿਰ ਤੈਨੂੰ ਪਤਾ ਸਾਲਾਂ ਦੀ ਟੱਕਰ ਹੋਣੀ ਆ। ਸਾਰੀਆਂ ਹੀ ਟੀਮਾਂ ਬੜੀ ਤਿਆਰੀ ਦੇ ਨਾਲ ਪੁੱਜੀਆਂ ਨੇ। ਸਾਰੇ ਹੀ ਖਿਡਾਰੀ ਵੀਰਾਂ ਦਾ ਧੰਨਵਾਦ ਆ। ਜੈਲਦਾਰ ਵੀਰ ਆ ਜਾ ਕੇ ਮੇਰਾ ਵੀਰ, ਫਿਰ ਲੈ ਕੇ ਟਰੈਕਟਰ ਪਾਲਾ ਟੈਂਕੀ ਤੇ ਲਾ ਦੇ ਗਰਾਊਂਡ ਤੇ ਚਾਰ ਚੱਕਰ ਤਾਂ ਕਿ ਆਪਾਂ ਮੁਕਾਬਲਾ ਸ਼ੁਰੂ ਕਰਵਾ ਸਕੀਏ। ਹਾਂਜੀ ਕਬੱਡੀ ਓਪਨ ਦਾ ਫਸਟ ਰਾਊਂਡ ਖੇਡਿਆ ਜਾਣਾ। ਕਪੂਰੇ ਵਰਸੇ ਡਰੌਲੀ ਭਾਈ, ਤਲਵੰਡੀ ਮੱਲੀਆਂ ਵਰਸੇ ਮੀਨੀਆਂ, ਚੰਦ ਵਾਜਾ ਵਰਸੇ ਤਲਵੰਡੀ ਭਾਈ, ਬਾਘਾ ਪੁਰਾਣਾ ਵਰਸੇ ਗਿੱਦੜ ਪਿੰਡੀ ਵੀ, ਗੁੱਗਾ ਮਾੜੀ ਵਰਸੇ ਬਰੇ, ਪੁਰਾਣੇ ਵਾਲਾ ਵਰਸੇ ਰਾਮਾ ਗਿੱਦੜ ਪਿੰਡੀ, ਇਹ ਵਰਸੇ ਜੰਡੀ, ਬੁਰਜ ਹਰੀ ਸਿੰਘ ਵਰਸੇ ਮਹਿਲ ਕਲਾਂ ਦਰਮਿਆਨ ਖੇਡਿਆ ਜਾਣਾ। ਲਓ ਸਾਰੇ ਹੀ ਸੈੱਟ ਕਹਿੰਦੇ ਟੌਪ ਦੇ ਪੁੱਜੇ ਹੋਏ ਨੇ ਅੱਜ ਜਨੇਤਪੁਰੇ ਦੇ ਕਬੱਡੀ ਕੱਪ ਤੇ। ਮਣੀ ਕਿੱਥੇ ਆ? ਮਣੀ ਕੋਲ ਟਰੈਕਟਰ ਵਾਲੀ ਚਾਬੀ ਆ, ਟਰੈਕਟਰ ਦੀ ਚਾਬੀ ਦੇ ਦਿਓ। ਮਣੀ ਟਰਾਲੀ ਕੋਲੇ ਆਈ ਕਰਾਂ। ਮਣੀ ਵੀਰ ਜਿੱਥੇ ਵੀ ਆਵਾਜ਼ ਸੁਣਦਾ ਜਲਦੀ ਦੇ ਨਾਲ ਟਰਾਲੀ ਕੋਲੇ ਪੁੱਜ ਜਾਵੇ, ਟਰੈਕਟਰ ਦੀ ਚਾਬੀ ਆ ਉਸ ਵੀਰ ਕੋਲੇ। ਮਣੀ ਜਿੱਥੇ ਵੀ ਆਵਾਜ਼ ਸੁਣਦਾ। ਹਾਂਜੀ ਲਓ ਡਰੌਲੀ ਭਾਈ ਵਾਲੇ ਵੀ ਪੁੱਜ ਗਏ ਨੇ, ਟੇਕਿਆ ਧਰਤੀ ਮਾਂ ਨੂੰ ਮੱਥਾ, ਨੌਜਵਾਨ ਨੇ ਕੀਤਾ ਗਰਾਊਂਡ ਵਿੱਚ ਪ੍ਰਵੇਸ਼। ਕਪੂਰੇ ਵਰਸ ਡਰੌਲੀ ਭਾਈ ਦਰਮਿਆਨ ਬੜਾ ਸਖਤ ਮੁਕਾਬਲਾ ਖੇਡਿਆ ਜਾਣਾ।
हां जी ट्रैक्टर वाले वीर नूं बेनती है कि जल्दी जां पानी दा छिड़काव कर दिए ताकि आप जल्दी तो जल्दी मुकाबले शुरू करवा सकीए। लो जनेतपुरे वाला अमरू कहते परसों शाम नूं कनेडा पुज गया अज रात नूं मैच खेडे जाने कनेडा दे विच जनेतपुरे दे अमरू ने कहो कहते मनजिंदर मोटे ने कौकिया वाले अमने ने अज रेडर के लिहाज तो बनने वाली गल कर देनी है क्योंकि पूरे पंजाब दे विच मशहूर खेडे ने बड़ी टॉप की कबड्डी खेडी आ पूरा सीजन इन्होंने खौफ पा के रखिया रेडर के लिए खौफ सी इन्हों का अज कनेडा के खेड मैदान का सिंगार बने ने पंजाबी मैट्रो की तरफ खेडना इन्होंने नौजवानों ने कौकिया वाले मनजिंदर मोटे ने अमने ने अमरू जनेतपुरे वाले ने तिने ही किंग जाफी ने मेरे वीरियो मां खेड कबड्डी के अज कनेडा के महंगे ग्राउंडा का सिंगार बन गए ने अज रात नूं मैच खेडे जाने कनेडा दे विच धन्यवादियां सरदार करनैल सिंह जी सरपंच साहब होरां दे सरदार सुखविंदर सिंह जी सिंधे वीर होरां दा बड़ा धन्यवाद है सरदार विचित्र सिंह जी चिट्टे वीर दा सरदार जगदेव सिंह जी जग्गा बसियां यह साड़ियां सन्मानयोग शख्सियतां ने सरदार अमर सिंह जी जौल सरदार परमिंदर सिंह जी गिल सरदार जगसीर सिंह जी जौल कनेडा तो सरदार जग्गा सिंह अंतरराष्ट्रीय कबड्डी खिडारी मेरे वीरियो कनेडा का वसनीक बन चुके काका जैलदार सरपंच किशनपुरे तो गुरमेल सिंह बदेसा मेरे वीरियो कनेडा तो रवि कनेडा सरदार जगपाल सिंह कनेडा तेजी कनेडा जस धालीवाल कनेडा तो सीरा कनेडा वरिंदर सिंह धालीवाल राजू गहौर तो जगरूप सिंह मंड मेरे वीरियो सन्मानयोग शख्सियत ने साडे इस कबड्डी कप दियां सरदार सुखजीत सिंह जी जौल सरदार कश्मीरा सिंह जी जौल रेंकू तिहाड़े तो राजू जौल वरजीत सिंह जौल अमनदीप सिंह मनी सरदार साधु सिंह बराड़ मेरे वीरे मां खेड कबड्डी के कोच साहब ने साडे जिंदगी की सन्मानयोग शख्सियत ने सरदार सुखचैन सिंह जी चैना अमना लोपो रविंदर जलाल अंतरराष्ट्रीय कमेंटेटर ने मां खेड कबड्डी के टॉप के बुलारे ने हाँ जी लो ट्रौली भाई वाले भी खेड मैदान के पुज चुके ने लो हर गुण ने एक धरती मां नूं मथा लो पिंदा वीर भी पुज गया मां खेड कबड्डी के टॉप के खिडारी ने भावें हर गुण की गल होवे भावें पिंदे की जा फिर कपूरिया वाले हरदीप की गल भावें जस्से की गल दोनों ही टीम बड़िया टॉप दियां नामी टीम ने बड़ा सख्त मुकाबला खेडिया जाना बोली चलो नाल दी नाल ही ठीक है जी। हाँ जी अगला मुकाबला तलवंडी मलिया बारसे मीनिया दोनों ही टीम जल्दी दे नाल तैयार होके ग्राउंड दे लागे पुज जान तलवंडी मलिया बारसे मीनिया चंदवाजा बारसे तलवंडी भाई ये टीम बारवा पोके ग्राउंड दे लागे रहन लोक पूरे बारसे ड्रौली भाई दरम्यान बड़ा सख्त मुकाबला खेडिया जाना हां जी लो कपूरिया वाली टीम स्कूल वाली साइड आ ड्रौली भाई की टीम टैंकी वाली साइड खेडूगी
दर्शक भीर नोट कर लो कि स्कूल वाली साइड कपूरिया की टीम खेडनी है, टैंकी वाली साइड डरौली भाई की टीम ने खेडना। हां जी डरौली भाई वर्ष कपूरिया दरम्यान बड़ा सख्त मुकाबला खेडिया जाना। स्वर्ग वासी बापू नार सिंह होरां दी निकी ते मिठी याद नूं समर्पित कबड्डी दे महाकुंभ दा पहला मुकाबला शुरू करवाया जा रहा। हाँ जी जेकर टीम कोई होर एंटर होना चाहती है तो जल्दी दे नाल आपो अपनी टीम एंटर करवा लो वीरे, जेकर कोई टीम एंटर होना चाहती है। हाँ जी बुलाई चलो। हाँ जी अगला मुकाबला मलिया बरसे मीनिया दरम्यान खेडिया जाना, तलवंडी मलिया बरसे मीनिया ये टीम जल्दी देना वार्म अप करके खेड मैदान दे लागे पुज जान। तलवंडी मलिया बरसे मीनिया। हाँ जी भीर अपने यार रसूलपुर की टीम तुसी लिखाई सी कि इहदी एंट्री फीस नहीं आई, माड़ा जिहा आके मिलो एक जना इहदा। हाँ जी रसूलपुर वाले ट्राली दे विच संपर्क करन साडे प्रबंधक वीरां दे नाल रसूलपुर वाले। कबड्डी 365.com वालों का धन्यवाद है, बड़ा उपराला इन्होंने वीर का मां खेड कबड्डी प्रफुल्लित करने के लिए पंजाब की एक नंबर की वैबसाइट आ मां खेड कबड्डी की कबड्डी 365.com। आज पूरी दुनिया के खेड प्रेमिया ने इंटरनेट जरिए लाइव नज़ारा देखना कबड्डी 365.com के जरिए। स्वर्ग वासी बापू नार सिंह उन्हां दी याद नूं कबड्डी दे महाकुंभ दा पूरी दुनिया दे विच लाइव दिखाया जाना। हाँ जी देव वीर बिले होर संपर्क कर लो, इस इलाके का माण है बिला वीर भी बड़ा टॉप का अंपेयर है बिला गालब का। रामे भीर अपने ओपन वालिया माड़ा सदा दे दे भी लास्ट 10 मिनट का सदा जिन्हें टीम एंटर करवानी है वह करा लवे आके। हाँ जी कबड्डी एक पिंड ओपन के खिलाड़ियों एक जरूरी सूचना वीरे, लास्ट 10 मिनट ने उस तो बाद कोई भी कहते सिफारस नहीं मनी जानी, जेड़ा भी कोई वीर अपनी टीम लैके पुजिया वो अपनी टीम एंटर करवा दे, जेकर किसी की टीम लिखवाई हुई है तो वह एंट्री पुजदी कर दियो ताकि आप टाइया पा सकी मैच समय सर शुरू करवाए जा। खिडारी वीर हाथ जोड़ के बेनती है लो कपूरे वर्ष डरौली भाई के बड़ा सख्त मुकाबला खेडिया जाना। जैलदार वीर इधर भी ला दे चार चक्कर ते आपां जल्दी देना, समा बड़ा ज्यादा हो गया आपां समय सिर मैच शुरू करवाने आ ताकि दर्शक वीर कोई नाराज ना मुड़े, सारे दर्शक वीर मैचों का लुत्फ लैन ते आनंद मानन ताकि इतिहास सिरजा जा सके कि स्वर्ग वासी बापू नार सिंह की याद दे विच करवाया कबड्डी का महाकुंभ जिथे टॉप टॉप के रोस्तम खिडारियों ने शिरकत करनी है उत्थे डिसिप्लिनल भी नंबर वन गिणिया जाना।
ਹੈਲੋ ਕਬੱਡੀ ਓਪਨ ਦੀਆਂ ਬਈ ਜਿੰਨੀਆਂ ਵੀ ਟੀਮਾਂ ਰਹਿੰਦੀਆਂ ਐਂਟਰ ਹੋਣ ਤੋਂ 5-4 ਮਿੰਟ 'ਚ ਐਂਟਰ ਹੋ ਜਾਓ। ਸਾਡੇ ਕੋਲ ਟੀਮਾਂ ਬਹੁਤ ਪਹੁੰਚ ਗਈਆਂ ਅਤੇ ਅਸੀਂ ਛੇਤੀ ਤੋਂ ਛੇਤੀ ਮੈਚ ਸਟਾਰਟ ਕਰਨੇ ਹਾਂ। ਟਾਈਆਂ ਕੱਢਣੀਆਂ ਬਾਕੀ ਰਹਿੰਦੀਆਂ ਟੀਮਾਂ ਦੀਆਂ ਅਤੇ ਮੈਚ ਅਸੀਂ ਅੱਜ ਨਿਬੇੜਨੇ ਹਾਂ। ਜੋ ਵੀ ਟੀਮ ਰਹਿੰਦੀ ਹੈ ਐਂਟਰ ਹੋਣ ਵਾਲੀ ਉਹ 5-4 ਮਿੰਟਾਂ ਦੇ ਵਿੱਚ ਐਂਟਰ ਹੋ ਜਾਵੇ। ਹਾਂਜੀ ਕਬੱਡੀ ਇੱਕ ਪਿੰਡ ਓਪਨ ਦੀ ਜੇਕਰ ਕੋਈ ਟੀਮ ਐਂਟਰ ਹੋਣ ਕਰਨੀ ਰਹਿੰਦੀ ਆ ਤਾਂ ਜਲਦੀ ਦੇ ਨਾਲ ਆਪਣੀ ਟੀਮ ਐਂਟਰ ਕਰਵਾ ਲਓ ਵੀਰੇ। ਕਬੱਡੀ ਇੱਕ ਪਿੰਡ ਓਪਨ ਹਾਂਜੀ ਡਰੌਲੀ ਭਾਈ ਵਰਸ ਕਪੂਰੇ ਬੜਾ ਸਖਤ ਮੁਕਾਬਲਾ ਖੇਡਿਆ ਜਾਣਾ। ਦੋਨੇ ਹੀ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪੁੱਜ ਗਈਆਂ ਨੇ। ਡਰੌਲੀ ਭਾਈ ਵਰਸ ਕਪੂਰੇ ਬੜਾ ਸਖਤ ਮੁਕਾਬਲਾ ਕਬੱਡੀ ਇੱਕ ਪਿੰਡ ਓਪਨ ਦਾ ਪਹਿਲਾ ਮੁਕਾਬਲਾ ਸ਼ੁਰੂ ਕਰਵਾਉਣ ਜਾ ਰਹੇ ਹਾਂ। ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਟੀਮਾਂ ਸਾਰੀਆਂ ਟੌਪ ਦੀਆਂ ਪੁੱਜੀਆਂ ਨੇ ਕਿ ਇੱਕ ਵਾਰੀ ਆਪਾਂ ਲਾਈਨਾਂ ਲਾ ਦਈਏ ਵੀਰ। ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਕਲੀ ਪਾ ਦਈਏ ਆਪਾਂ ਤਾਂ ਕਿ ਅੰਪਾਇਰ ਸਾਹਿਬ ਹੋਰਾਂ ਨੂੰ ਕੋਈ ਡਿਸੀਜਨ ਲੈਣ ਦੀ ਪ੍ਰੋਬਲਮ ਨਾ ਆਵੇ। ਇੱਕ ਖਿਡਾਰੀ ਵੀਰ ਨੋਟ ਕਰ ਲਿਓ ਕਿ ਜਿਹੜਾ ਵੀ ਰੈਫਰੀ ਸਾਹਿਬ ਦਾ ਫੈਸਲਾ ਉਹ ਅੰਤਿਮ ਫੈਸਲਾ ਮੰਨਿਆ ਜਾਣਾ ਕਿਉਂਕਿ ਬੜੇ ਸੁਲਝੇ ਹੋਏ ਅੰਪਾਇਰ ਪੁੱਜੇ ਹੋਏ ਨੇ ਭਾਵੇਂ ਬਿੱਲਾ ਗਾਲਬ ਦਾ ਭਾਵੇਂ ਦੇਵ ਵੀਰ ਦੀ ਗੱਲ ਹੋਵੇ ਭਾਵੇਂ ਫੌਜੀ ਵੀਰ ਦੀ ਸਾਰੀਆਂ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਸਟੇਜ ਦੇ ਬਿਲਕੁਲ ਸਾਹਮਣੇ ਗੁਰੂ ਕਾ ਲੰਗਰ ਤੁੱਟ ਵਰਤ ਰਿਹਾ। ਜਿਸ ਵੀ ਕਿਸੇ ਵੀਰ ਨੂੰ ਲੰਗਰ ਦੀ ਜ਼ਰੂਰਤ ਹੋਵੇ ਲੰਗਰ ਛਕ ਸਕਦਾ। ਖੁੱਲ੍ਹਾ ਭੰਡਾਰਾ ਸੰਤ ਬਾਬਾ ਵਿਸਾਖਾ ਸਿੰਘ ਜੀ ਖੁੱਲ੍ਹਾ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਸਟੇਜ ਦੇ ਬਿਲਕੁਲ ਸਾਹਮਣੇ। ਚਿੱਤੇ ਵੀਰ ਮਾੜਾ ਜਿਹਾ ਦੱਸ ਦਿਓ ਕਹਿੰਦੇ ਗੌੜੀਆਂ ਵੀ ਇੱਕ ਰੇਡਰ ਜਿੰਨੀਆਂ ਮਰਜ਼ੀ ਪਾ ਸਕਦਾ ਜਾਂ ਫਿਰ ਦੂਜੀ ਰੇਡ ਬੰਦਾ।
हां जी कपूरिया की टीम स्कूल वाली साइड टैंकी वाली साइड डरौली भाई जी लै भी सेरा पुज जा सेंटर लाइन ते हां जी लो कपूरिया वाला हरदीप टेकिया धरती मां नूं मत्था नौजवान ने लो खिलाड़ियों ने वाहवा अगे वध के कीता हल्का जिहा टच पॉइंट हरदीप दे हिस्से आ कपूरिया की टीम दे हिस्से आ बड़ा सोहना टच किया इस नौजवान ने चल बई तिंदे वीर पा फिर कबड्डी हां जी लो पिंदा पिंदा डरौली भाई वाला कबड्डी पाउण दे लई अगे वधिया लो खिलाड़ियों ने वाहवा नौजवान ने देखो कौन करदा अगे वध के ट्राई पिंदा डरौली भाई वाला टच करन दी कोशिश करदा लो सिख सरदार दे नाल मुकाबला क्या बातां ने पॉइंट पिंदे दे हिस्से आ डरौली भाई वाला पिंदा पॉइंट अपनी टीम दे हिस्से जुड़ गया चल बई जसिया पा फिर कबड्डी लो जसा कपूरिया की धरती का मेरे वीरियो बड़ा सख्त मुकाबला पॉइंट जाफिया के हिस्से आ पुस मारी आ नौजवान ने पॉइंट डरौली भाई के हिस्से आ लो डरौली भाई वाला हर गुण कबड्डी पा रहा मां खेड कबड्डी के वड्डा नाम है इस खिडारी का डरौली भाई वाला हर गुण कबड्डी पा रहा हठीला ते फरतीला धावी है लो हेलो भाई एक मिनट दे विच जिहड़ी ओपन दी टीम एंटर करौनी करा दो बोल दो एक मिनट ओपन लास्ट सदा जी लास्ट मिनट है वीरे जेकर कोई टीम एंटर करवाई है तो एंट्री फीस भेज दो लो हरदीप ने बहुत सोहना लो पॉइंट जाफिया के हिस्से आ नहीं वीरे वकालत नहीं करनी आप कोई गल नहीं वधिया तरीके ना आप प्रदर्शन करना रेड कहते टर्न बाई जानी है जी कोई खुली रेड नहीं पाई जानी टर्न बाई टर्न रेडा पाई जानिया ने लो पिंदा कबड्डी पा रहा डरौली भाई का पिंदे ने खिलाड़ियों लो होंदे हुए मेहनो मेहनी लो पिंदा डरौली भाई वाला पॉइंट अपनी टीम के हिस्से जुड़ गया चल बई जसिया पा फिर कबड्डी लग जू पता कौन तेन ढकन की कोशिश करेगा गज गज चौड़ी साथी गुंदे शरीर जवाना दे दुश्मन खौफ ने खांदे इन्हां दियां गुजियां जाना दे बिच मैदान दे पिंड वांगे जहरी सप्पां दे रामियां बाहवां दे वल नाल लैणगे कब्जे कप्पां दे रामियां बाहवां दे वल नाल लैणगे कब्जे कप्पां दे लो कप ते कब्जा बाहवां दे वल नाल होणा पॉइंट जाफियां दे हिस्से आ बड़ा सोहणा जफा लाया नौजवान ने ਕਬੱਡੀ ਓਪਨ ਦੀਆਂ ਟਾਈਆਂ ਪਾਉਣ ਲੱਗੇ ਬਾਕੀ ਰਹਿੰਦੀਆਂ ਟੀਮਾਂ ਦੀਆਂ ਚੀਮਣਾ ਡੱਲਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਰਸੀਨ ਲਓ ਟਰਨ ਬਾਈ ਟਰਨ ਕਹਿੰਦੇ ਰੇਡ ਪੈਣੀ ਆ ਗੁਰਾਬੀ ਅਗਲਾ ਮੁਕਾਬਲਾ ਤਲਵੰਡੀ ਮੱਲੀਆਂ ਲੀਲਾਂ ਦੋਦਰ ਲਾਲਤੋ ਕਲਾਂ ਮੱਲੀਆਂ ਜੋਧਾਂ ਚੱਲ ਬਈ ਹਰਦੀਪ ਪਾ ਫਿਰ ਕਬੱਡੀ ਸਿਰਾ ਧੋਥੜ ਬਰਸਾਲਪੁਰ ਠੂਰ ਮਨੋਲੀ ਹਾਂਜੀ ਰਸੂਲਪੁਰ ਰਸੂਲਪੁਰ ਵੀ ਇਹ ਸਾਰੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਟਰਾਲੀ ਕੋਲ ਆਏ ਸੀ ਟਾਈਆਂ ਪਾਉਣ ਲੱਗੇ ਆ ਹਾਂਜੀ ਜਿਹੜੀਆਂ ਵੀ ਟੀਮਾਂ ਬੋਲੀਆਂ ਨੇ ਸਟੇਜ ਤੋਂ ਉਹਨਾਂ ਦਾ ਇੱਕ ਇੱਕ ਖਿਡਾਰੀ ਟਰਾਲੀ ਦੇ ਵਿੱਚ ਪੁੱਜ ਜਾਵੇ ਤਾਂ ਕਿ ਆਪਾਂ ਟਰਾਈਆਂ ਪਾ ਸਕੀਏ ਲਓ ਪਿੰਦਾ ਡਰੌਲੀ ਵਾਲਾ ਠੀਕ ਆ ਜੀ ਕਹਿੰਦੇ ਚੱਲਦੇ ਮੈਚ ਦੇ ਵਿੱਚ ਕੋਈ ਵੀ ਟੀਮ ਆਪਾਂ ਐਂਟਰ ਨਾ ਕਰੀਏ ਹੁਣ ਤਾਂ ਕਿ ਮੁਕਾਬਲੇ ਫਸਵੇਂ ਕਰਵਾਏ ਜਾ ਸਕਣ ਲਓ ਜੱਸਾ ਕਬੱਡੀ ਬਾਰਿਆ ਲਓ ਦੇਖੋ ਰੈਂਕੇ ਨਾਲ ਹੋਇਆ ਮੁਕਾਬਲਾ ਡਰੌਲੀ ਭਾਈ ਵਾਲੇ ਰੈਂਕੇ ਦਾ ਵੱਡਾ ਨਾਮ ਹੈ ਮਾਂ ਖੇਡ ਕਬੱਡੀ ਦੇ ਖੇਤਰ ਵਿੱਚ ਟੈਟੂ ਖੰਡਵਾਇਆ ਨੌਜਵਾਨ ਨੇ ਪਰ ਪੁਆਇੰਟ ਜੱਸੇ ਦੇ ਹਿੱਸੇ ਆ ਕਪੂਰਿਆਂ ਵਾਲੇ ਦੇ ਕਪੂਰਿਆਂ ਵਾਲਾ ਜੱਸਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਚੱਲ ਬਈ ਹਰਗੁਣ ਸਿਆ ਪਾ ਫਿਰ ਕਬੱਡੀ ਸਿਰਾ ਲਓ ਡਰੌਲੀ ਭਾਈ ਵਾਲਾ ਹਰਗੁਣ ਕਬੱਡੀ ਪਾ ਰਿਹਾ ਅੱਗੇ ਕਪੂਰਿਆਂ ਦੀ ਜਾਫ ਲੈਣ ਦੇ ਚਾਰੋ ਜਾਫੀ ਬਣਾਈ ਆ ਬੇਉਂਤ ਬੰਦੀ ਲੱਤੀ ਲੱਗਣ ਦੀ ਕੋਸ਼ਿਸ਼ ਕੀਤੀ ਆ ਪਰ ਪੁਆਇੰਟ ਹਰ ਗੁਣ ਦੇ ਹਿੱਸੇ ਆ ਬੜਾ ਟੌਪ ਦਾ ਖਿਡਾਰੀ ਆ ਹਰ ਗੁਣ ਡਰੌਲੀ ਵਾਲਾ ਵੱਡਾ ਨਾਮ ਹੈ ਮਾਂਖੇੜ ਕਬੱਡੀ ਦੇ ਖੇਤਰ ਵਿੱਚ ਨੌਜਵਾਨ ਦਾ ਚੱਲ ਬਈ ਹਰਦੀਪ ਸਿਆ ਲਓ ਕਪੂਰਿਆਂ ਵਾਲੇ ਹਰਦੀਪ ਨੇ ਹਲਕਾ ਜਿਹਾ ਟੱਚ ਕੀਤਾ ਪੁਆਇੰਟ ਹਰਦੀਪ ਦੇ ਹਿੱਸੇ ਆ ਕਪੂਰਿਆਂ ਵਾਲੇ ਦੇ ਚੱਲ ਬਈ ਪਿੰਦੇ ਪਾ ਫਿਰ ਕਬੱਡੀ ਸਿਰਾ ਲਓ
ਪਿੰਦਾ ਕਬੱਡੀ ਪਾ ਰਿਹਾ ਡਰੌਲੀ ਭਾਈ ਵਾਲਾ ਛੋਟੀ ਹਾਈਟ ਦਾ ਮਾਲਕ ਹੈ ਨੌਜਵਾਨ ਪਰ ਬੜਾ ਤਜਰਬੇਕਾਰ ਖਿਡਾਰੀ ਆ ਪਿੰਦਾ ਡਰੌਲੀ ਭਾਈ ਵਾਲਾ ਖਿਡਾਰੀ ਵੀਰਾਂ ਨੂੰ ਇੱਕ ਬੇਨਤੀ ਆ ਵੀ ਬਿਨਾਂ ਪੱਖ ਪਾ ਤੋਂ ਹੀ ਟਾਈਆਂ ਪਾ ਰਹੇ ਆ ਜੇਕਰ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਉਹ ਟਰਾਲੀ ਦੇ ਵਿੱਚ ਪੁੱਜ ਸਕਦਾ ਹਰੇਕ ਟੀਮ ਦਾ ਇੱਕ ਖਿਡਾਰੀ ਜੇ ਕਿਸੇ ਨੂੰ ਡਾਊਟ ਆ ਤਾਂ ਟਰਾਲੀ ਦੇ ਵਿੱਚ ਪੁੱਜ ਜਾਓ ਕਿਉਂਕਿ ਬੱਚੇ ਤੋਂ ਟਾਈਆਂ ਕਢਵਾਈਆਂ ਜਾਂਦੀਆਂ ਨੇ ਹਾਂਜੀ ਲਓ ਪੁਆਇੰਟ ਜੱਸੇ ਦਾ ਕਹਿੰਦੇ ਕਪੂਰਿਆਂ ਵਾਲਾ ਜੱਸਾ ਹਲਕਾ ਜਿਹਾ ਟੱਚ ਕਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲ ਬਈ ਹਰ ਗੁਣ ਲੈ ਵੀ ਰਾਜੂ ਵੀਰ ਅੱਜ ਸਵਾਦ ਆ ਜਾਣਾ ਕਹਿੰਦੇ ਦੁਨੀਆਂ ਭਰ ਦੇ ਟੌਪ ਦੇ ਖਿਡਾਰੀ ਪੁੱਜੇ ਹੋਏ ਨੇ ਸਵਰਗ ਵਾਸੀ ਬਾਪੂ ਨਾਹਰ ਸਿੰਘ ਹੋਰਾਂ ਦੀ ਯਾਦ ਨੂੰ ਕਬੱਡੀ ਕੱਪ ਦੇ ਮਹਾਕੁੰਭ ਦੇ ਵਿੱਚ ਟੌਪ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਆ ਲਓ ਹਰ ਗੁਣ ਪੰਜਾਬੀ ਮਾਂ ਬੋਲੀ ਦੇ ਬੇਤਾਬ ਬਾਦਸ਼ਾਹ ਅਮਨ ਲੋਪੋ ਦਾ ਰੁਪਿੰਦਰ ਜਲਾਲ ਜੀ ਸਾਡੀ ਸਨਮਾਨਯੋਗ ਸ਼ਖਸੀਅਤ ਨੇ ਜਿੱਥੇ ਵੀ ਪੁੱਜੇ ਨੇ ਜਲਦੀ ਦੇ ਨਾਲ ਸਟੇਜ ਤੇ ਵਿਰਾਜਮਾਨ ਹੋ ਜਾਣ ਸਾਡੀ ਜ਼ਿੰਦਗੀ ਦੀ ਸਤਿਕਾਰਯੋਗ ਸ਼ਖਸੀਅਤ ਨੇ ਅਮਨ ਲੋਪੋ ਜੀ ਰੁਪਿੰਦਰ ਜਲਾਲ ਜੀ ਚੱਲ ਬਈ ਪਿੰਦੇ ਪਾ ਫਿਰ ਕਬੱਡੀ ਲਓ ਪਿੰਦਾ ਅੱਗੇ ਵਧਿਆ ਡਰੌਲੀ ਭਾਈ ਵਾਲਾ ਪਿੰਦਾ ਮੁਕਾਬਲਾ ਸਾਖਤ ਹੈ ਛੋਟੀ ਹਾਈਟ ਦਾ ਮਾਲਕ ਹੈ ਮੇਰੇ ਵੀਰੋ ਡਰੌਲੀ ਭਾਈ ਵਾਲਾ ਪਿੰਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਦਰਸ਼ਕ ਵੀਰਾਂ ਨੂੰ ਪ੍ਰੋਬਲਮ ਆਉਂਦੀ ਆ ਥੋੜਾ ਜਿਹਾ ਆਪਾਂ ਤੁਰ ਫਿਰ ਕੇ ਵਾਰਮ ਅਪ ਜਿਹਾ ਕਰ ਲਈਏ ਚੱਲ ਬਈ ਜੱਸਿਆ ਪਾ ਫਿਰ ਕਬੱਡੀ ਸਿਰਾ ਲਓ ਮੁਕਾਬਲਾ ਸਾਖਤ ਹੋ ਚੁੱਕਿਆ ਪੁਆਇੰਟ ਜੱਸੇ ਦੇ ਹਿੱਸੇ ਆ ਪੁਆਇੰਟ ਜੱਸੇ ਦਾ ਲਓ ਹਰ ਗੁਣ ਕਬੱਡੀ ਪਾ ਰਿਹਾ ਡਰੌਲੀ ਭਾਈ ਵਾਲਾ ਹਰ ਗੁਣ ਲਓ ਸਿੱਖ ਸਰਦਾਰ ਦੇ ਨਾਲ ਮੁਕਾਬਲਾ ਵਾਹ ਕੀ ਬਾਤਾਂ ਨੇ ਕਲੰਗੀਆਂ ਵਾਲੇ ਨੇ ਸਾਨੂੰ ਤਲਵਾਰ ਬਖਸ਼ੀ ਗੱਲਾਂ ਨਾਲ ਨਹੀਂ ਤਖਤ ਪਲਟਾਏ ਜਾਂਦੇ ਬੁਲਾਓ ਜੀ ਮੁਕਾਬਲਾ ਸਮਾਪਤ ਹੈ ਹਾਂਜੀ ਪੁਆਇੰਟ ਦੱਸ ਦਈਏ ਜੀ ਆਪਾਂ ਦਰਸ਼ਕ ਵੀਰਾਂ ਨੂੰ ਇੱਕ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਿ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਹਾਂਜੀ ਡਰੌਲੀ ਭਾਈ ਜੇਤੂ ਆ ਲਿਖ ਲਿਓ ਜੀ ਬਾਈ ਜੀ ਨੋਟ ਕਰ ਲਿਓ ਵੀਰੇ ਤਾਂ ਕਿ ਆਪਾਂ ਤੋਂ ਬਾਅਦ ਚ ਕੋਈ ਰੌਲਾ ਨਾ ਪੈ ਸਕੇ ਲਓ ਡਰੌਲੀ ਭਾਈ ਦੇ ਪੁਆਇੰਟ ਨੇ 13 ਕਪੂਰੇ ਦੇ ਪੁਆਇੰਟ ਨੇ 7.5 ਪੁਆਇੰਟ ਨੇ ਕਪੂਰੇ ਦੇ ਨੋਟ ਕਰ ਲਿਓ ਜੀ ਧੰਨਵਾਦੀਆਂ ਕਬੱਡੀ 365.com ਵਾਲਿਆਂ ਦੇ ਜਿਨ੍ਹਾਂ ਦਾ ਵੱਡਾ ਉਦਮ ਹੈ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਹਾਂਜੀ ਤਲਵੰਡੀ ਮੱਲੀਆਂ ਵਰਸੇ ਮੀਨੀਆਂ ਦੋਨੇ ਹੀ ਟੀਮਾਂ ਸੈਂਟਰ ਲਾਈਨ ਤੇ ਪੁੱਜ ਜਾਓ ਵੀਰੇ ਤਲਵੰਡੀ ਮੱਲੀਆਂ ਵਰਸੇ ਮੀਨੀਆਂ ਹੈਲੋ ਟਾਈਆਂ ਪਾਉਣ ਲੱਗੇ ਜੀ ਓਪਨ ਦੀਆਂ ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਟਰਾਲੀ ਕੋਲੇ ਆ ਸਕਦਾ ਦੇਖ ਸਕਦਾ ਟਾਈਆਂ ਹਾਂਜੀ ਅਮਨ ਲੋਪੋ ਸਾਡਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਰੁਪਿੰਦਰ ਜਲਾਲ ਜੀ ਜਲਦੀ ਦੇ ਨਾਲ ਸਟੇਜ ਤੇ ਪੁੱਜ ਜਾਣ ਅਮਨ ਲੋਪੋ ਜੀ ਰੁਪਿੰਦਰ ਜਲਾਲ ਜੀ ਹਾਂਜੀ ਤਲਵੰਡੀ ਮੱਲੀਆਂ ਸਕੂਲ ਵਾਲੀ ਸਾਈਡ ਆ ਮੀਨੀਆਂ ਦੀ ਟੀਮ ਟੈਂਕੀ ਵਾਲੀ ਸਾਈਡ ਖੇਡਣੀ ਆ ਨੌਵਾਂ ਮੈਚ ਦੋਦਰ ਵਰਸਸ ਮੁੱਲਾਪੁਰ ਹਾਂਜੀ ਹਾਂਜੀ ਮੀਨੀਆਂ ਦੀ ਟੀਮ ਟੈਂਕੀ ਵਾਲੀ ਸਾਈਡ ਖੇਡਣੀ ਆ ਤਲਵੰਡੀ ਮੱਲੀਆਂ ਦੀ ਟੀਮ ਸਕੂਲ ਵਾਲੀ ਸਾਈਡ ਖੇਡਣੀ ਆ ਲਓ ਰੱਬੋ ਨੇ ਟੇਕਿਆ ਧਰਤੀ ਮਾਂ ਨੂੰ ਮੱਥਾ ਇੱਕ ਰੱਬੋ ਦਾ ਹਰਵਿੰਦਰ ਮੇਰੇ ਵੀਰਿਓ ਲੀਗ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਇੱਕ ਜਨੇਤਪੁਰਾ ਏ ਤੇ ਲੀਲਾ ਇੱਕ ਆ ਰੱਬੋ ਗਹਿਣਾ ਦੀ ਧਰਤੀ ਦਾ ਜੰਪਲ ਹੈ ਮੇਰੇ ਵੀਰੇ ਅੱਜ ਤਲਵੰਡੀ ਮੱਲੀਆਂ ਦੇ ਲਈ ਖੇਡਣ ਵਾਸਤੇ ਪੁੱਜਿਆ ਹੋਇਆ ਲਓ ਮੀਨੀਆਂ ਵਾਲੇ ਜਾਫੀਆਂ ਨੇ ਕੀਤੀ ਆ ਟਰਾਈ ਪੱਟ ਫੜਿਆ ਨੌਜਵਾਨ ਨੇ ਕਰਦਾ ਹੋਇਆ ਜਦੋਂ ਜਹਿਦ ਸਿੱਖ ਸਰਦਾਰ ਰੱਬੋ ਮੇਰੇ ਵੀਰੇ
ਲਓ ਪੁਆਇੰਟ ਮੀਨੀਆਂ ਦੀ ਟੀਮ ਦਾ ਪੁਆਇੰਟ ਜਾਫੀ ਦੇ ਹਿੱਸੇ ਆ ਲਓ ਜੀ ਸੋਨੀ ਕਹਿੰਦੇ ਇੰਦਗੜ੍ਹ ਤੇ ਮਨੋਲੀ ਸੋਨੀ ਮੀਨੀਆਂ ਬੜਾ ਸੋਨੀ ਕਬੱਡੀ ਪਾ ਰਿਹਾ ਲਓ ਝੋੜਾਂ ਦੀ ਧਰਤੀ ਦਾ ਸੋਨੀ ਮੇਰੇ ਵੀਰੋ ਅੱਜ ਮੀਨੀਆਂ ਦੇ ਲਈ ਖੇਡਣ ਵਾਸਤੇ ਪੁੱਜਿਆ ਹੋਇਆ ਵੱਡਾ ਨਾਮ ਹੈ ਇਸ ਖਿਡਾਰੀ ਦਾ ਝੋੜਾਂ ਦੀ ਟੀਮ ਨੇ ਮੇਰੇ ਵੀਰੋ ਠੁੱਕ ਬਣਾਈ ਆ ਮਾਂਖੇੜ ਕਬੱਡੀ ਦੇ ਖੇਤਰ ਵਿੱਚ ਵੱਡਾ ਨਾਮ ਰੱਖਿਆ ਲੈ ਵੀ ਮਨਦੀਪ ਸਿਆ ਪਾ ਫਿਰ ਕਬੱਡੀ ਸਿਰਾ ਲਓ ਤਲਵੰਡੀ ਮੱਲੀਆਂ ਵਾਲਾ ਮਨਦੀਪ ਕਬੱਡੀ ਪਾ ਰਿਹਾ ਕੌਣ ਕਰਦਾ ਅੱਗੇ ਵੱਧ ਕੇ ਟਰਾਈ ਚਾਰੋ ਜਾਫੀਆਂ ਦੀ ਘੁੰਮਦੀ ਹੋਈ ਚੇਨ ਲਓ ਰਣਜੀਤ ਨੇ ਕੈਂਚੀ ਮਾਰੀ ਸੀ ਪਰ ਪੁਆਇੰਟ ਕਹਿੰਦੇ ਮਨਦੀਪ ਦੇ ਹਿੱਸੇ ਆ 13ਵਾਂ ਮੈਚ ਬਾਲੋਂ ਤੇ ਜੋਧਾਂ ਹਾਂਜੀ ਲਓ ਲੱਖਾ ਕਬੱਡੀ ਪਾ ਰਿਹਾ ਮੀਨੀਆਂ ਵਾਲਾ ਲੱਖਾ ਖਿਲਾਰੀਆਂ ਨੇ ਵਾਹਵਾ ਨੌਜਵਾਨ ਨੇ ਅੱਗੇ ਵੱਧ ਕੇ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਲੱਖਾ ਗਾਜ਼ੀਪੁਰ ਦੀ ਧਰਤੀ ਦਾ ਮਾਂ ਖੇਡ ਕਬੱਡੀ ਦਾ ਮਾਣ ਮੇਰੇ ਵੀਰੋ ਕੈਨੇਡਾ ਦਾ ਵਸਨੀਕ ਬਣ ਚੁੱਕਿਆ ਦੁਆਬੇ ਦਾ ਸੰਘਾਰ ਹੈ ਲੱਖਾ ਗਾਜ਼ੀਪੁਰ ਦਾ ਇੱਕ ਆਹ ਲੱਖਾ ਮੀਨੀਆਂ ਦੀ ਧਰਤੀ ਦਾ 14ਵਾਂ ਲੱਖਿਆ ਫੇਰ ਮਾਂ ਟਰਾਈ ਸਿਰਾ ਮਾਂ ਖੇਡ ਕਬੱਡੀ ਕਹਿੰਦੇ ਸਮੇਂ ਦੀ ਮੁਹਤਾਜ ਆ ਸਮੇਂ ਨਾਲ ਬਾਤਾਂ ਹੋਣੀਆਂ ਨੇ ਲਓ ਪੱਟ ਫੜਿਆ ਨੌਜਵਾਨ ਨੇ ਪੁਆਇੰਟ ਤਲਵੰਡੀ ਮੱਲੀਆਂ ਦੇ ਹਿੱਸੇ ਆ ਚੱਲ ਬਈ ਰੱਬੋ ਪਾ ਫਿਰ ਕਬੱਡੀ ਲਓ ਸਿੱਖ ਸਰਦਾਰ ਰੱਬੋ ਨਾਮ ਹੈ ਇਸ ਖਿਡਾਰੀ ਦਾ ਗਹਿਲਾ ਵਾਲਾ ਰੱਬੋ ਕਬੱਡੀ ਪਾ ਰਿਹਾ ਉਧਰ ਤੇ ਠੂਰ ਲਓ ਰਣਜੀਤ ਕਰਦਾ ਅੱਗੇ ਵੱਧ ਕੇ ਟਰਾਈ ਲਓ ਵਾਹ ਕਿਆ ਬਾਤਾਂ ਨੇ ਪੁਆਇੰਟ ਰੱਬੋ ਦੇ ਹਿੱਸੇ ਆ ਪੁਆਇੰਟ ਤਲਵੰਡੀ ਮੱਲੀਆਂ ਦੀ ਟੀਮ ਦਾ ਮੇਰੇ ਵੀਰੋ ਚੱਲ ਬਈ ਸੋਨੀ ਲਓ ਸੋਨੀ ਝੋੜਾਂ ਵਾਲਾ ਅੱਜ ਮੀਨੀਆਂ ਦੀ ਟੀਮ ਦੇ ਲਈ ਜੂਝ ਰਿਹਾ ਕਦੇ ਸਵਦੀ ਦੇ ਸੋਨੀ ਦੀ ਗੱਲ ਹੁੰਦੀ ਆ ਕੈਨੇਡਾ ਦੇ ਵਿੱਚ ਖੇਡ ਰਿਹਾ ਨੌਜਵਾਨ ਸਵਦੀ ਵਾਲਾ ਸੋਨੀ ਇੱਕ ਆਹ ਸੋਨੀ ਮੇਰੇ ਵੀਰੋ ਝੋੜਾਂ ਦੀ ਧਰਤੀ ਦਾ ਬੱਬਰ ਸ਼ੇਰ ਵਰਗਾ ਸਰੀਰ ਆ ਨੌਜਵਾਨ ਦਾ ਚੱਲ ਬਈ ਮਨਦੀਪ ਸਿਆ ਲਓ ਤਲਵੰਡੀ ਮੱਲੀਆਂ ਦਾ ਬਰਸਾਲਪੁਰ ਮਨਦੀਪ ਕਬੱਡੀ ਪਾ ਰਿਹਾ ਕਿਤੇ ਜਨੇਤਪੁਰੇ ਵਾਲੇ ਜੱਗੇ ਦੀ ਗੱਲ ਕੀਤੀ ਜਾਂਦੀ ਆ ਕੈਨੇਡਾ ਦਾ ਵਸਨੀਕ ਬਣ ਚੁੱਕਿਆ ਕਿ ਉੱਚਾ ਲੰਮਾ ਕੱਦ ਜੱਗਾ ਨਾ ਸਿਰ ਦਾ ਜਾਫੀ ਦੀ ਉਹ ਚੀਤੇ ਵਾਂਗੂ ਖੱਲ ਦੇੜਦਾ ਰੱਖਦਾ ਹੈ ਸ਼ੌਂਕ ਨੇ ਤਸੱਜਰੇ ਸਕਾਰ ਦਾ ਕੈਨੇਡਾ ਵਿੱਚ ਨਾਮ ਬੋਲੇ ਜੱਗੇ ਸੁਪਰ ਸਟਾਰ ਦਾ ਰਾਮਿਆ ਕੈਨੇਡਾ ਵਿੱਚ ਨਾਮ ਬੋਲੇ ਜੱਗੇ ਸੁਪਰ ਸਟਾਰ ਦਾ ਲਓ ਬਾਪੂ ਨਾਰ ਸਿੰਘਰਾਂ ਦਾ ਲਾਡਲਾ ਪੋਤਰਾ ਮੇਰੇ ਵੀਰਿਓ ਜੱਗਾ ਕੈਨੇਡਾ ਦਾ ਸ਼ਿੰਗਾਰ ਬਣ ਚੁੱਕਿਆ ਕੈਨੇਡਾ ਦਾ ਵਸਨੀਕ ਬਣ ਚੁੱਕਿਆ ਲਓ ਲੱਖਾ ਕਰਦਾ ਅੱਗੇ ਵੱਧ ਕੇ ਟੱਚ ਕਰਨ ਦੀ ਕੋਸ਼ਿਸ਼ ਬਹੁਤ ਹੀ ਸੋਹਣੀ ਜਾਫ ਲੈਣਾ ਤਲਵੰਡੀ ਮੱਲੀਆਂ ਦੀ ਮੇਰੇ ਵੀਰਿਓ ਉੱਚੇ ਲੰਮੇ ਖਿਡਾਰੀ ਨੇ ਜਾਫ ਲੈਣ ਦੇ ਵਿੱਚ ਵਾਹ ਟੰਗੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨੌਜਵਾਨ ਨੇ ਪਰ ਸਫਲਤਾ ਲੱਖੇ ਦੇ ਕਦਮ ਚੁੱਕਦੀ ਹੋਈ ਲਓ ਮੀਨੀਆਂ ਵਾਲਾ ਲੱਖਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਬਈ ਰੱਬੋ ਪਾ ਫਿਰ ਕਬੱਡੀ ਲਓ ਰੱਬੋ ਗਹਿਣਾਂ ਦੀ ਧਰਤੀ ਦਾ ਅੱਜ ਤਲਵੰਡੀ ਮੱਲੀਆਂ ਦੇ ਲਈ ਖੇਡਣ ਦੇ ਵਾਸਤੇ ਪੁੱਜਿਆ ਹੋਇਆ ਸਿੱਖ ਸਰਦਾਰ ਗੱਭਰੂ ਲਓ ਬਹੁਤ ਹੀ ਸੋਹਣੀ ਜਾਫ ਲੈਣਾ ਮੀਨੀਆਂ ਦੀ ਮੇਰੇ ਵੀਰੋ ਅੱਗੇ ਵੱਧ ਕੇ ਕਰਦੇ ਹੋਏ ਟਰਾਈ ਲਓ ਪੁਆਇੰਟ ਰੱਬੋ ਦੇ ਹਿੱਸੇ ਆ ਰੱਬੋ ਗਹਿਣਾ ਵਾਲਾ ਰੱਬੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਲਓ ਸੋਹਣੀ ਕਬੱਡੀ ਪਾ ਰਿਹਾ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਲਿਸਕਦੀਆਂ ਫਿਰ ਨਜਵਾਨੀਆਂ ਜੀ ਲੱਖ ਲੱਖ ਦੀ ਕੌਡੀ ਪੈਂਦੀ ਹੈ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਜੀ ਅੱਜ ਖਿਡਾਰੀ ਵੀ ਖੁਸ਼ਹਾਲ ਹੋਏ ਕੋਈ ਬਚਦਾ ਨਹੀਂ ਵਿੱਚ ਸਪੇਰਾਂ ਦੇ ਖੜ ਕੇ ਵੇਖ ਜਵਾਨਾਂ ਬਈ ਹੱਥ ਜੁੜ ਕੇ ਬੱਬਰ ਸਿਰਾਂ ਦੇ ਖੜ ਕੇ ਵੇਖ ਜਵਾਨਾਂ ਬਈ ਹੱਥ ਜੁੜ ਕੇ ਬੱਬਰ ਸਿਰਾਂ ਦੇ ਲਓ ਸੋਨੀ ਦਾ ਡਬਲ ਟੱਚ ਹੋਇਆ ਪੁਆਇੰਟ ਸੋਨੀ ਦੇ ਹਿੱਸੇ ਆ ਪੁਆਇੰਟ ਰੇਡਰ ਦੇ ਹਿੱਸੇ ਆ ਚੱਲ ਬਈ ਮਨਦੀਪ ਸਿਆ ਪਾ ਫਿਰ ਅਗਲੀ ਕਬੱਡੀ ਲਓ ਤਲਵੰਡੀ ਮੱਲੀਆਂ ਵਾਲਾ ਮਨਦੀਪ ਕਬੱਡੀ ਪਾ ਰਿਹਾ ਲਓ ਕੌਣ ਕਰਦਾ ਅੱਗੇ ਵੱਧ ਕੇ ਟਰਾਈ ਜੀਤਾ ਕਰੂਗਾ ਜਾਂ ਫਿਰ ਰਣਜੀਤ ਕਰੂਗਾ ਟਰਾਈ ਮੀਨੀਆਂ ਦੀ ਬੜੀ ਟੌਪ ਦੀ ਜਾਫ ਲੈਣਾ ਚੱਲ ਬਈ ਮਨਦੀਪ ਸਿੰਘ ਵਾਹ ਕਿਆ ਬਾਤਾਂ ਨੇ ਬਹੁਤ ਸੋਹਣਾ ਮੁਕਾਬਲਾ ਬਗਲਾਂ ਭਰੀਆਂ ਨੇ ਨੌਜਵਾਨ ਨੇ ਉੱਪਰੋਂ ਪੁਆਇੰਟ ਜਾਫੀ ਦੇ ਹਿੱਸੇ ਆ ਪੁਆਇੰਟ ਮਨਦੀਪ ਮੀਨੀਆਂ ਦੇ ਹਿੱਸੇ ਆ ਮੀਨੀਆਂ ਵਾਲੀ ਜਾਫ ਲੈਣ ਬੜੀ ਚੰਗੀ ਜਾਫ ਲੈਣਾ ਚੱਲ ਬਈ ਜਵਾਨਾ ਸਿੱਖ ਸਰਦਾਰ ਗੱਭਰੂ ਲਓ ਮੀਨੀਆਂ ਵਾਲਾ ਗਿਆਨੀ ਕਬੱਡੀ ਪਾ ਰਿਹਾ ਹਲਕਾ ਜਿਹਾ ਸਰੀਰ ਹੈ ਨੌਜਵਾਨ ਦਾ ਪਰ ਜਿਗਰੇ ਗਾਡਰ ਨੇ ਨੌਜਵਾਨ ਨੇ ਕੀਤੀ ਹੈ ਅੱਗੇ ਵੱਧ ਕੇ ਹਿੰਮਤ ਕਹਿੰਦਾ ਮੈਂ ਕਬੱਡੀ ਪਾਵਾਂਗਾ ਲੈ ਵੀ ਸੋਨੀ ਦੇਖਦੇ ਹਾਂ ਕੀ ਬਣਦਾ ਲਓ ਗਿਆਨੀ ਬੜਾ ਫਟੀਲਾ ਕਿਆ ਬਾਤਾਂ ਨੇ ਬੜਾ ਸੋਹਣਾ ਸਰੀਰ ਹੈ ਨੌਜਵਾਨ ਦਾ ਮਾਰਦਾ ਹੋਇਆ ਡਾਜਾਂ ਲਓ ਪੁਆਇੰਟ ਜਾਫੀ ਦੇ ਹਿੱਸੇ ਆ
ਪੁਸ ਮਾਰੀ ਆ ਨੌਜਵਾਨੇ ਗਿਆਨੀ ਸਿਆ, ਥੋੜੀ ਵਜਨ ਦੀ ਮਾਰ ਪੈਂਦੀ ਆ, ਵੇਟ ਦੀ ਮਾਰ ਪੈਂਦੀ ਆ, ਥੋੜੀ ਮਿਹਨਤ ਕਰਨੀ ਪੈਣੀ ਆ। ਚੱਲ ਬਈ ਰੱਬੋ, ਲਓ ਰੱਬੋ ਕਬੱਡੀ ਪਾ ਰਿਹਾ ਕਹਿਣਾ ਵਾਲਾ ਰੱਬੋ, ਅੱਜ ਤਲਵੰਡੀ ਮਲੀਆਂ ਦੇ ਲਈ ਖੇਡ ਰਿਹਾ ਨੌਜਵਾਨ। ਚੱਲ ਬਈ ਰੱਬੋ, ਲਓ ਗਿੱਟਾ ਫੜਿਆ ਨੌਜਵਾਨ ਨੇ, ਬਹੁਤ ਸੋਹਣੀ ਟਰਾਈ ਕੀਤੀ ਆ। ਲਓ ਮੁਕਾਬਲਾ ਸਖ਼ਤ ਹੋ ਚੁੱਕਿਆ, ਲੱਗ ਤੇ ਚੜਿਆ ਨੌਜਵਾਨ। ਲਓ ਪੁਆਇੰਟ ਜਾਫੀਆਂ ਦੇ ਹਿੱਸੇ ਆ, ਪੁਆਇੰਟ ਮੀਨੀਆਂ ਦੀ ਟੀਮ ਦੇ ਹਿੱਸੇ ਆ। ਚੱਲ ਬਈ ਸੋਹਣੀ ਝੋੜਾਂ ਵਾਲਿਆ, ਪਾ ਫਿਰ ਕਬੱਡੀ ਸਿਰਾ। ਲਓ ਝੋੜਾਂ ਦਾ ਮੇਰੇ ਵੀਰੇ ਮਾਂ ਖੇਡ ਕਬੱਡੀ ਦੇ ਵਿੱਚ ਰਿਕਾਰਡ ਕਾਇਮ ਕੀਤਾ, ਬਹੁਤ ਸੋਹਣੀ ਟੀਮ ਸੀ ਝੋੜਾਂ ਦੀ। ਭਾਵੇਂ ਪੁਰਾਣੇ ਸਮੇਂ ਦੀ ਗੱਲ ਹੋਵੇ, ਭਾਵੇਂ ਅੱਜ ਦੇ ਸਮੇਂ ਦੀ ਗੱਲ, ਸੋਹਣੀ ਝੋੜਾਂ ਵਾਲਾ ਕਬੱਡੀ ਪਾ ਰਿਹਾ, ਅੱਜ ਮੀਨੀਆਂ ਦੇ ਲਈ ਖੇਡਣ ਵਾਸਤੇ ਪੁੱਜਿਆ ਹੋਇਆ ਨੌਜਵਾਨ। ਅੱਗੇ ਵੱਧ ਕੇ ਕਰਦਾ ਟੱਚ, ਲਓ ਪੁਆਇੰਟ ਸੋਹਣੀ ਝੋੜਾਂ ਵਾਲੇ ਦੇ ਹਿੱਸੇ ਆ। ਹੈਲੋ ਬਾਈ, ਗਾਲੀਆਂ ਟੀਮਾਂ ਸੱਦੀ ਚੱਲ ਨਾਲ ਦੀ ਨਾਲ। ਹਾਂਜੀ ਹਾਂਜੀ, ਚੱਲ ਬਈ ਮਨਦੀਪ ਸਿੰਘ ਪਾ ਕਬੱਡੀ। ਚੰਦ ਬਾਜਾ ਵਰਸੇ ਤਲਵੰਡੀ ਭਾਈ, ਦੋਨੇ ਟੀਮਾਂ ਜਲਦੀ ਦੇ ਨਾਲ ਤਿਆਰ ਹੋ ਕੇ। ਚੰਦ ਬਾਜਾ ਜੀ, ਲਓ ਚੰਦ ਬਾਜਾ ਪੁੱਜ ਗਈ ਆ ਜੀ। ਹਾਂਜੀ, ਲਓ ਰੱਬੋ ਕਬੱਡੀ ਪਾ ਰਿਹਾ ਅਮਨ ਵੀਰ, ਸਾਡੀ ਜ਼ਿੰਦਗੀ ਦਾ ਬੜਾ ਸਤਿਕਾਰਯੋਗ ਵੀਰ ਆ ਅਮਨਾ ਲੋਕੋਂ ਜੀ, ਜਿੱਥੇ ਵੀ ਆਵਾਜ਼ ਸੁਣਦੇ ਆ ਜਲਦੀ ਦੇ ਨਾਲ ਸਟੇਜ ਤੇ ਪੁੱਜ ਜਾਣ। ਰਾਜੂ ਵੀਰ ਉਹਨਾਂ ਨੂੰ ਵੱਡਾ ਇੰਤਜ਼ਾਰ ਹੈ ਉਹਨਾਂ ਦਾ। ਚੱਲ ਬਈ ਰੱਬੋ, ਲਓ ਪੁਆਇੰਟ ਜਾਫੀਆਂ ਦੇ ਹਿੱਸੇ ਆ, ਪੁਆਇੰਟ ਮੀਨੀਆਂ ਦੀ ਟੀਮ ਦਾ। ਚੰਦ ਬਾਜਾ ਵਰਸਸ ਤਲਵੰਡੀ ਭਾਈ ਦੀ ਟੀਮ, ਜਿੱਥੇ ਵੀ ਆਵਾਜ਼ ਸੁਣਦੀ ਹੈ ਜਲਦੀ ਦੇ ਨਾਲ ਪੁੱਜ ਜਾਵੇ। ਚੱਲ ਬਈ ਸੋਨੀ, ਲਓ ਸੋਨੀ ਸੋਨੀ ਕਬੱਡੀ ਪਾ ਰਿਹਾ, ਸੋਨੀ ਝੋੜਾਂ ਦੀ ਧਰਤੀ ਦਾ ਬੜਾ ਸੋਹਣਾ ਸਰੀਰ ਹੈ ਇਸ ਨੌਜਵਾਨ ਦਾ। ਵਾਹ ਕਿਆ ਬਾਤਾਂ, ਲਓ ਅੱਗੇ ਵੱਧ ਕੇ ਕੀਤੀਆਂ ਨੌਜਵਾਨ ਨੇ ਟਰਾਈ, ਬਹੁਤ ਹੀ ਸੋਹਣੀ ਕੈਂਚੀ ਪਾਈ ਆ ਨੌਜਵਾਨ ਨੇ। ਉੱਚਾ ਲੰਮਾ ਕੱਦ ਹੈ ਇਸ ਜਾਫੀ ਦਾ, ਤਲਵੰਡੀ ਮਲੀਆਂ ਵਾਲੇ ਦਾ, ਪਰ ਨਹੀਂ ਪੁਆਇੰਟ ਮੇਰੇ ਵੀਰੇ ਸੋਹਣੀ ਦੇ ਹਿੱਸੇ ਆ। ਲਓ ਜੀ ਮੁਕਾਬਲਾ ਸਮਾਪਤ ਹੈ ਜੀ, ਤਲਵੰਡੀ ਮੱਲੀਆਂ 6 ਪੁਆਇੰਟ ਨੇ, 12.5 ਪੁਆਇੰਟ ਨੇ ਮੀਨੀਆਂ ਦੇ, ਮੀਨੀਆਂ ਜੇਤੂ ਹੈ ਜੀ, ਨੋਟ ਕਰ ਲਿਓ ਜੀ। ਫਸਟ ਰਾਊਂਡ ਦਾ ਪਹਿਲਾ ਮੁਕਾਬਲਾ ਸਮਾਪਤ ਹੋ ਚੁੱਕਿਆ ਜੀ, ਮੀਨੀਆਂ ਜੇਤੂ ਹੈ ਜੀ, ਨੋਟ ਕਰ ਲਿਓ। ਹਾਂਜੀ, ਅਗਲਾ ਮੁਕਾਬਲਾ ਚੰਦ ਬਾਜਾ ਵਰਸੇ ਤਲਵੰਡੀ ਭਾਈ ਵਾਲਿਆਂ ਨੂੰ, ਇੱਕ ਲਾਸਟ ਮਿੰਟ ਹੈ ਵੀਰੇ, ਤਲਵੰਡੀ ਭਾਈ ਵਾਲਿਆਂ ਨੂੰ ਲਾਸਟ ਸੱਦਿਆ, ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਤਲਵੰਡੀ ਭਾਈ ਦੀ ਟੀਮ, ਜਿੱਥੇ ਵੀ ਆਵਾਜ਼ ਸੁਣਦੀ ਆ। ਬਾਗਾ ਪੁਰਾਣਾ ਵਰਸੇ ਗਿੱਦੜ ਪਿੰਡੀ ਵੀ, ਹਾਂਜੀ ਤਲਵੰਡੀ ਭਾਈ ਟੈਂਕੀ ਵਾਲੀ ਸਾਈਡ ਖੇਡਣੀ ਆ, ਚੰਦ ਬਾਜੇ ਦੀ ਟੀਮ ਸਕੂਲ ਵਾਲੀ ਸਾਈਡ ਖੇਡੇਗੀ। ਰੇਡਰ ਆ ਜਾਓ ਵੀਰੇ, ਹਾਂਜੀ ਚੰਦ ਬਾਜੇ ਦੀ ਟੀਮ ਸਕੂਲ ਵਾਲੀ ਸਾਈਡ ਖੇਡਣੀ ਆ।
तलवंडी भाई की टीम टैंकी वाली साइड खेडनी आ। मूव स्प्रे राजू ग्राउंड च बोदी कर दे फिर एक मूव स्प्रे। हां जी लो तलवंडी भाई वाला कोनी कहिंदे कबड्डी पाउण दे लई तैयार बर तैयार हो चुके आ। तलवंडी भाई दी टीम टैंकी वाली साइड खेडनी आ। दर्शक वीर नोट कर लो चंद बाजे की टीम स्कूल वाली साइड खेडनी है। राजू स्प्रे वीरे जल्दी दे नाल ग्राउंड दे विच पहुंची कर दियो। हां जी लो तलवंडी भाई वाला कोनी टेकिया हंदिया नू मथा नौजवान ने अगे वध के कीती आ ट्राई। लो कोनी देखो की देना वाह पॉइंट कोनी दे हिस्से आ डबल टच दा सारा बिले गल वालों। चल बई गगन सिंह एक गगन जलाल दी धरती दा अज जनेतपुरे दे लई खेडना एक आ गगन चंद बाजे दी धरती दा उभर दा स्टार खिडारी है मेरे वीरो टेकिया धरती मां नूं मत्था नौजवान ने। चल बई चरने आ फिर दिखा दो हथ लाओ तलवंडी भाई वाला चरना वाह क्या बातां ने अगे वध के चरने ने कीती आ ट्राई। चरना भी कहते हत का शिकारी है बड़ा नाम है मां खेड कबड्डी दे विच चरने तलवंडी भाई वाले का। गगन सिंह लाओ पॉइंट गगन दे हिस्से आ कहिंदा निक्की उमरे वड्डियां मल्ला मारन दी गल कीती है गगन ने। लाओ हीरा कबड्डी पा रहा तलवंडी भाई वाला हीरा कबड्डी पा रहा। स्प्रे वीरे पुजदी कर दे ग्राउंड दे विच राजू लो स्प्रे पुज गई है जी। चल बई लो हीरे का मुकाबला लो पॉइंट हीरे दे हिस्से आ हल्का जा टच कर हीरा तलवंडी भाई वाला। लो दयाला ढूडी क्या दी धरती दा अज चंद बाजे दी खेडण दे लई पुज्या होया दयाला ढूडी क्या दी धरती दा बड़ी साफ सुथरी गेम दा मालिक आ। लो पॉइंट पर तलवंडी भाई दे हिस्से आ पट भर के बाहर सुटिया नौजवान नूं पॉइंट तलवंडी भाई दे हिस्से आ। चल बई कोनी वीर पा फिर कबड्डी सिरा चल बई कोनी वीर पा फिर कबड्डी लग जू पता कौन तेरे ना दो हथ करन दे लई अगे वधा। लो कोनी दी पई हुई कबड्डी आ तलवंडी मलिया वरसे चंद वाडा बड़ा सख्त मुकाबला खेडिया जा रहा। लो उच्चा लम्मा कद है नौजवान दा पर सफलता कदम चुमदी हुई कोनी दे बड़ा तजर्बेकार खिडारी है कोनी मेरे वीरियो। चल बई गगन पा फिर कबड्डी सिरा चल बई चरने लै भी गगन का गगन ना मुकाबला हो जाए फिर लो गगन नु हल्का जा टच किया एक कनी तलवंडी भाई वाला गगन दूजे पासे चंद बाजे वाला गगन वाह क्या बातां ने मुकाबला सख्त हो चुके आ वाह सीप लगी पई है गगन ते गगन दी वेखो पत्ते कौन चकू आ बड़ा सख्त मुकाबला। लो तलवंडी भाई वाला गगन भी कहिंदे चट्टान वांगू अड़दा है वाह तलवंडी भाई वाला गगन कहते पॉइंट अपनी टीम के हिस्से जुड़ गया चरने बधाई का पात्र गगन सिंह स्वाद आ गया दर्शक वीर भी बड़ा सख्त मुकाबला खेडिया जा रहा। लो हीरा कबड्डी पा रहा मां खेड कबड्डी का हीरा तलवंडी भाई का हीरा अज वाह गिटा फड़िया नौजवान ने बड़ा सोहना। लो शेरू दे नाल मुकाबला होया एक शेरू तनौरी की धरती का मेरे वीरियो आनंदपुर साहब की चैंपियनशिप का बैठ जाफी एक आ शेरू मेरे वीरियो चंद बाजे वाले ने ला करारा जफा पॉइंट अपनी टीम के हिस्से जुड़िया। चल बई दयालिया देखो कि दे नाल हो मुकाबला दयाले का एक कनी चरना लो दयाला ढूडीकिया वाला हुंदा होया मेणो मेणी हंधे भी बिल्कुल लागे ने। लो पॉइंट ढूडीकिया वाला दयाला अपनी टीम के हिस्से जुड़ गया चंद बाजे के हिस्से जुड़ गया। चल बई कोनी वीर पा फिर कबड्डी सिरा बड़ी जिम्मेवारी सौंपी है कोनी वीर नू तलवंडी भाई वालिया ने क्योंकि तजर्बेकार खिडारी है कोनी
ਖਿਲਾਰੀਆਂ ਨੇ ਵਾਹ ਮਾਂ ਅੱਗੇ ਚਾਰੋਂ ਜਾਫੀਆਂ ਦੀ ਜਾਫ ਲੈਣ ਚੰਦ ਵਾਜੇ ਵਾਲੀ ਵਾਹ ਕਿਆ ਬਾਤਾਂ ਨੇ ਸੇਰੂ ਦੇ ਨਾਲ ਮੁਕਾਬਲਾ ਲਓ ਚੰਦ ਵਾਜੇ ਵਾਲਾ ਸੇਰੂ ਕਹਿੰਦਾ ਸਭ ਦੇ ਹੀ ਹੱਥ ਫੇਰੂ ਚੰਦ ਵਾਜੇ ਵਾਲਾ ਸੇਰੂ ਆ ਇਹਨੂੰ ਕਹਿੰਦੇ ਨੇ ਸਭ ਦੇ ਹੱਥ ਫੇਰ ਦੇਣਾ ਚੰਦ ਵਾਜੇ ਵਾਲਾ ਸੇਰੂ ਕਹਿੰਦਾ ਜਮੇਲਾ ਲੁੱਟਣ ਦੀ ਗੱਲ ਕਰਨੀ ਆ ਕਿਉਂਕਿ ਸਾਹਮਣੇ ਪੈ ਕੂਲਰ ਵੀ ਨਜ਼ਰੀ ਪੈਂਦੇ ਆ ਸਾਹ ਨੂੰ ਚਾਰ ਬਾਲਟੀਆਂ ਪਾਣੀ ਦੀਆਂ ਪਾ ਕੇ ਸੀਨਾ ਠਰ ਜਾਂਦਾ ਲੈ ਵੀ ਸੇਰੂ ਕਮਾਲ ਕਰਤਾ ਚੱਲ ਬਈ ਲਓ ਗਗਨ ਕਬੱਡੀ ਪਾ ਰਿਹਾ ਲੈ ਵੀ ਚਰਨਿਆ ਚਰਨਾ ਕਰੂ ਟਰਾਈ ਅੱਗੇ ਵੱਧ ਕੇ ਜਾਫਰ ਗਗਨ ਦਾ ਗਗਨ ਨਾਲ ਮੁਕਾਬਲਾ ਪਹਿਲਾਂ ਵੀ ਕੰਮ ਸਖਤ ਹੋ ਗਿਆ ਸੀ ਲਓ ਵਾਹ ਕਿਆ ਬਾਤਾਂ ਨੇ ਪੁਆਇੰਟ ਗਗਨ ਦੇ ਹਿੱਸੇ ਆ ਚੰਦ ਵਾਜੇ ਵਾਲੇ ਦੇ ਬੜਾ ਸੋਹਣੀ ਰੇਡ ਹੈ ਇਸ ਨੌਜਵਾਨ ਦੀ ਵੀ ਆਉਣ ਵਾਲੇ ਸਮੇਂ ਦਾ ਕਿੰਗ ਤਾਂ ਵੀ ਬਣਨਾ ਇਸ ਨੌਜਵਾਨ ਨੇ ਚੱਲ ਬਈ ਹੀਰਿਆ ਪਾ ਫਿਰ ਕਬੱਡੀ ਲੱਗ ਜੂ ਪਤਾ ਕੌਣ ਤੇਰੇ ਨਾਲ ਦੋ ਹੱਥ ਕਰਦਾ ਲਓ ਹੀਰਾ ਤਲਵੰਡੀ ਭਾਈ ਵਾਲਾ ਕਬੱਡੀ ਪਾ ਰਿਹਾ ਲਓ ਸੱਜੀ ਕੰਨੀ ਤੇ ਕਹਿੰਦੇ ਸੇਰੂ ਨਾਮ ਆ ਲਓ ਸੇਰੂ ਨੇ ਕੀਤੀ ਆ ਟਰਾਈ ਪੱਟ ਫੜਨ ਦੀ ਕੋਸ਼ਿਸ਼ ਵਾਹ ਸੇਰੂ ਕਮਾਲ ਕਰੀ ਜਾਂਦਾ ਸੇਰੂ ਚੰਦ ਵਾਜੇ ਵਾਲਾ ਪਰ ਪੁਆਇੰਟ ਹੀਰੇ ਦੇ ਹਿੱਸੇ ਆ ਹੀਰਾ ਵੀ ਜਾਨਦਾਰ ਖਿਡਾਰੀ ਆ ਮਾਂ ਖੇਡ ਕਬੱਡੀ ਦਾ ਚੱਲ ਬਈ ਦਿਆਲਾ ਢੁੱਡੀ ਕੇ ਧਰਤੀ ਦਾ ਢੁੱਡੀ ਕੇ ਮਸ਼ਹੂਰ ਨਗਰ ਆ ਪੰਜਾਬ ਦਾ ਢੁੱਡੀ ਕੇ ਵਾਲਾ ਦਿਆਲਾ ਅੱਗੇ ਵੱਧ ਕੇ ਕਰਦਾ ਟਰਾਈ ਕੌਣ ਜਫਾ ਲਾਉਣ ਦੀ ਕਰੂਗਾ ਕੋਸ਼ਿਸ਼ ਲਓ ਚਰਨੇ ਨਾਲ ਮੁਕਾਬਲਾ ਉੱਚਾ ਲੰਮਾ ਕਰਦਾ ਚਰਨੇ ਦਾ ਮੇਰੇ ਵੀਰੇ ਵਾਹ ਕਿਆ ਬਾਤਾਂ ਨੇ ਤਰਾਸਿਆ ਪਿਆ ਸਰੀਰ ਹੀਰੇ ਦੀ ਤਰ੍ਹਾਂ ਢੁੱਡੀ ਕੇ ਵਾਲੇ ਦਿਆਲੇ ਦੇ ਨਾਲ ਮੁਕਾਬਲਾ ਤਲਵੰਡੀ ਭਾਈ ਵਾਲੇ ਚਰਨੇ ਦਾ ਹੁੰਦੇ ਹੋਏ ਦੂਰੋ ਦੂਰੀ ਕਿਆ ਬਾਤਾਂ ਨੇ ਕੁਝ ਸਮਾਂ ਬੀਤ ਚੁੱਕਿਆ ਕੁਝ ਬੀਤਣ ਵਾਲਾ ਕਿਉਂਕਿ ਮਾਂ ਖੇਡ ਕਬੱਡੀ ਸਮੇਂ ਦੀ ਮੁਹਤਾਜ ਆ ਬੇਮਿੱਤਰਾ ਖਤਰੇ ਦਾ ਘੁੱਗੂ ਬੋਲ ਗਿਆ ਦਿਆਲਿਆ ਖਤਰੇ ਦਾ ਘੁੱਗੂ ਬੋਲਿਆ ਪੁਆਇੰਟ ਚਰਨੇ ਤਲਵੰਡੀ ਭਾਈ ਵਾਲੇ ਦਾ ਲਓ ਮਲਕੀਤ ਘਾਲ ਕਲਾਂ ਵਾਲਾ ਮਾਂ ਖੇਡ ਕਬੱਡੀ ਦਾ ਪੁਰਾਣਾ ਖਿਡਾਰੀ ਆ ਇਸ ਨੌਜਵਾਨ ਨੇ ਗਰਾਊਂਡ ਦੇ ਆਲੇ ਦੁਆਲੇ ਚੱਕਰ ਲਾਉਣੇ ਆ ਇਸ ਦਾ ਵੀ ਆਪਾਂ ਵੱਧ ਤੋਂ ਵੱਧ ਹੌਸਲਾ ਅਫਜਾਈ ਕਰਨੀ ਆ ਲਓ ਘੋਨੀ ਕਬੱਡੀ ਪਾ ਰਿਹਾ ਘੋਨੀ ਤਲਵੰਡੀ ਭਾਈ ਵਾਲਾ ਘੋਨੀ ਨੇ ਕਬੱਡੀ ਪਾਈ ਆ ਘੋਨੀ ਵਾਹ ਸਖ਼ਤ ਮੁਕਾਬਲਾ ਅਗਲਾ ਮੁਕਾਬਲਾ ਵਾਹਗਾ ਪੁਰਾਣਾ ਵਰਸ ਗਿੱਦੜ ਪਿੰਡੀ ਵੀ ਪੁਆਇੰਟ ਘੋਨੀ ਦੇ ਹਿੱਸੇ ਆ ਵਾਹਗਾ ਪੁਰਾਣਾ ਵਰਸ ਗਿੱਦੜ ਪਿੰਡੀ ਵੀ ਦੀ ਟੀਮ ਲਓ ਗਗਨ ਕਬੱਡੀ ਪਾ ਰਿਹਾ ਚੱਲ ਬਈ ਗਗਨ ਸਿੰਘ ਵਾਹ ਕਿਆ ਬਾਤਾਂ ਨੇ ਲਓ ਗਗਨ ਦਾ ਗਗਨ ਦੇ ਨਾਲ ਮੁਕਾਬਲਾ ਵਾਹ ਕਿਆ ਬਾਤਾਂ ਨੇ ਪੁਆਇੰਟ ਰੇਡਰ ਦੇ ਹਿੱਸੇ ਆ ਪੁਆਇੰਟ ਗਗਨ ਦਾ ਮੇਰੇ ਵੀਰੇ ਚੰਦ ਵਾਜੇ ਵਾਲੇ ਗਗਨ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਚੱਲ ਬਈ ਹੀਰਿਆ ਪਾ ਫਿਰ ਕਬੱਡੀ ਲਓ ਤਲਵੰਡੀ ਭਾਈ ਵਾਲਾ ਹੀਰਾ ਕਬੱਡੀ ਪਾ ਰਿਹਾ ਬੜਾ ਜਾਨਦਾਰ ਰੇਡਰ ਹੈ ਵਾਹ ਖੇਡ ਕਬੱਡੀ ਦਾ ਵਾਹ ਅੱਗੇ ਵੱਧ ਕੇ ਲੰਬੂ ਨੇ ਕੀਤੀ ਆ ਟਰਾਈ ਵਾਹ ਕਿਆ ਬਾਤਾਂ ਨੇ ਹੁੰਦੇ ਹੋਏ ਮੇਣੋ ਮੇਣੀ ਲਓ ਪੁਆਇੰਟ ਹੀਰਾ ਤਲਵੰਡੀ ਭਾਈ ਦੇ ਹਿੱਸੇ ਜੁੜ ਗਿਆ ਤਲਵੰਡੀ ਭਾਈ ਮੇਰੇ ਵੀਰੋ ਬੜਾ ਮਸ਼ਹੂਰ ਨਗਰ ਹੈ ਪੰਜਾਬ ਦਾ ਲਓ ਦਿਆਲਾ ਢੁੱਡੀ ਕਿਆਂ ਵਾਲਾ ਅੱਗੇ ਵੱਧ ਕੇ ਕਰਦਾ ਟਰਾਈ ਅੱਜ ਚੰਦ ਵਾਜੇ ਦੇ ਲਈ ਖੇਡਣ ਵਾਸਤੇ ਪੁੱਜਿਆ ਹੋਇਆ ਦਿਆਲਾ ਢੁੱਡੀ ਕਿਆਂ ਦੀ ਧਰਤੀ ਦਾ ਸਟਾਰ ਖਿਡਾਰੀ ਆ ਮਾਂ ਖੇਡ ਕਬੱਡੀ ਦਾ ਪੁਰਾਣਾ ਤਜਰਬੇਕਾਰ ਖਿਡਾਰੀ ਆ ਲਓ ਨੌਜਵਾਨ ਦੇ ਨਾਲ ਮੁਕਾਬਲਾ ਸਖਤ ਹੈ ਪਰ ਪੁਆਇੰਟ ਦਿਆਲੇ ਦਾ ਹਾਂਜੀ ਪੰਜਾਬੀ ਮਾਂ ਬੋਲੀ ਦੇ ਬੇਤਾਬ ਬਾਦਸ਼ਾਹ ਅਮਨ ਲੋਪੋਂ ਜੀ ਰੁਪਿੰਦਰ ਜਲਾਲ ਜੀ ਸਾਡੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਵੈਲਕਮ ਆਖਦੇ ਹਾਂ ਪੰਜਾਬੀ ਮਾਂ ਬੋਲੀ ਦੇ ਨਿਧੜਕ ਜਰਨੈਲ ਨੇ ਮੇਰੇ ਵੀਰੇ ਅਮਨ ਲੋਪੋਂ ਜੀ ਰੁਪਿੰਦਰ ਜਲਾਲ ਜੀ ਇਹਨਾਂ ਦਾ ਵੀ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਵੈਲਕਮ ਧੰਨਵਾਦ ਕਰਦੇ ਹਾਂ ਬੜੀ ਸਨਮਾਨਯੋਗ ਸ਼ਖਸੀਅਤ ਨੇ ਮਾਂ ਖੇਡ ਕਬੱਡੀ ਦੀ ਹਾਂਜੀ 24 ਅਗਸਤ ਦਿਨ ਐਤਵਾਰ ਪਿੰਡ ਮੋਹਕਮ ਵਾਲਾ ਜ਼ਿਲ੍ਹੇ ਫਿਰੋਜ਼ਪੁਰ ਦਾ ਮਸ਼ਹੂਰ ਪਿੰਡ ਹੈ ਉੱਥੇ ਕਬੱਡੀ ਦਾ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣੇ ਨੇ ਖਿਡਾਰੀ ਵੀਰ ਨੋਟ ਕਰ ਲਓ 24 ਅਗਸਤ ਦਿਨ ਐਤਵਾਰ ਨੂੰ ਪਿੰਡ ਮੋਹਕਮ ਸਿੰਘ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਮੇਰੇ ਵੀਰੇ ਲਓ ਗਗਨ ਨੇ ਚਰਨੇ ਨਾਲ ਮੁਕਾਬਲਾ ਬਾਓ ਚਰਨੇ ਆ ਚਰਨਾ ਘੇਰਦਾ ਅੱਗੇ ਵੱਧ ਕੇ
गगन वाह क्या बात ने पॉइंट चरने तलवंडी वाले दे चरनिया स्वाद आ गया सिरा तेरिया झावटा वेख के चल भी हीरिया पा फिर कबड्डी सिरा लग जू पता कौन तेरे नाल दोवत करदा लो शेरू भी कहते तैयारी दे कन्नी चेंज की शेरू ने देखो की रंग दिखाता शेरू चंद बाजे वाला मशहूर खिडारी वाह क्या बात ने हल्का जहा हाथ रख के कैंची मारी सी पर हीरा भी कच्चा खिडारी नहीं लो मुकाबला समाप्त है अगलिया टीम बागा पुराना बरसे गिदड़ पिंडी भी दोनों टीम जल्दी देना ग्राउंड विराजमान हो जाए 24 अगस्त मेरे भीर दिन एतवार पिंड मोहकम वाला फिरोजपुर जिले का बिच कबड्डी का महाकुंभ करवाया जा रहा खिडारी भीर नोट कर लो 24 अगस्त दिन एतवार को हां जी बागा पुराना वरसे गिदड़ पिंडी भी तलवंडी भाई जेतू है जी ए ठीक है जी नोट कर लियो जी हां जी अगला मुकाबला बागा पुराना वर्सेस गिदड़ पिंडी भी हेलो ज्ञान ध्यान किश कर्म ना जाना सार ना जाना तेरी सब ते बड़ा सतगुर नानक जिन कर राखी मेरी जिन कर राखी मेरी वाहिगुरु की अपार कृपा दे नाल जनेतपुरे की धरती ते संत बाबा विसाखा सिंह जी की अपार कृपा दे नाल बापू नार सिंह जौल की याद नूं समर्पित अज दा एक कबड्डी टूरनामेंट खेडा जा रहा है इस नगर के सारे ही पतवंतियां दा एन आर आई वीरां दा प्रधान बचित्र सिंह जी चिता अते समूह जौल परिवार एन आर आई वीरां दा बहुत वड्डा योगदान अज दे इस टूरनामेंट दे लई कि खेडां विचों खेड कबड्डी शान